ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਕੱਲ ਅਸੀਂ ਬਹੁਤ ਸੋਹਣੀ ਗੱਲ ਡਾਕਟਰ ਅਸ਼ਪਾਲ ਸਿੰਘ ਬਾਜਵਾ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਸਨ ਜਿਹੜੇ ਕਿ ਪੋਲਿਊਸ਼ਨ ਬਾਰੇ ਗੱਲ ਕੀਤੀ ਔਰ ਉਸ ਤੋਂ ਇੰਪੋਰਟੈਂਟ ਗੱਲ ਪਾਣੀ ਦੀ ਜਿਹੜੀ ਘਟਦੀ ਮਾਤਰਾ ਧਰਤੀ ਦੇ ਉੱਤੇ ਦਰਸ਼ਕੋ ਬਹੁਤ ਹੀ ਚਿੰਤਾਜਨਕ ਜਿਹੜਾ ਵਿਸ਼ਾ ਹੈਗਾ ਜਿਹੜਾ ਆਪਾਂ ਵਿਚਾਰ ਰਹੇ ਹਾਂ ਮੇਰੇ ਤੋਂ ਪਹਿਲਾਂ ਪ੍ਰੋਗਰਾਮ ਜਗਤਾਰ ਸਿੰਘ ਜੱਗੀ ਜੀ ਕਰਕੇ ਗਏ ਆ ਜਲਵੇ ਜੱਗੀ ਦੇ ਵਿੱਚ ਵੀ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਪਾਣੀ ਦੀ ਕਮੀ ਅਤੇ ਗਲੋਬਲ ਵਾਰਮਿੰਗ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਛੋਟਾ ਜਿਹਾ ਸ਼ਹਿਰ ਹੈ ਇੱਥੇ 99 ਸਾਊਥ 'ਤੇ ਜਾ ਕੇ ਉਹ ਕੋਈ 1000 ਕੁ ਬੰਦੇ ਦੀ ਆਬਾਦੀ ਵਾਲਾ ਸ਼ਹਿਰ ਹੈ ਪਾਣੀ ਉੱਥੇ ਵੀ ਬਹੁਤ ਘੱਟ ਗਿਆ ਉਹ ਵਿਚਾਰਿਆਂ ਨੂੰ ਪਾਣੀ ਬਾਹਰੋਂ ਸਪਲਾਈ ਕਰਨਾ ਪੈ ਰਿਹਾ ਕਿਉਂਕਿ ਸਿਟੀ ਦੇ ਵਿੱਚ ਇੱਕ ਵੈਲ ਸੀ ਜਿਹੜਾ ਉਹ ਵੀ ਖਰਾਬ ਹੋ ਗਿਆ ਖਰਾਬ ਕੀ ਹੋਣਾ ਕਿ ਪਾਣੀ ਥੱਲੇ ਚਲਾ ਗਿਆ ਐਨੀਵੇ ਇਹ ਗੱਲਾਂ ਆਪਾਂ ਕੱਲ੍ਹ ਕੀਤੀਆਂ ਸੀ ਅੱਜ ਜੇ ਆਪਾਂ ਗੱਲ ਕਰੀਏ ਦਰਸ਼ਕੋ ਕਿ ਮੇਨ ਜਿਹੜੀਆਂ ਨਿਊਜ਼ਾਂ ਪਿਛਲੇ ਕੁਛ ਘੰਟਿਆਂ 'ਚ ਨਿਕਲ ਕੇ ਆਈਆਂ ਕਿ ਇੰਡੀਆ ਦੇ ਵਿੱਚ ਸੈਂਟਰਲ ਗੌਰਮੈਂਟ ਨੇ 6 ਲੱਖ ਕਰੋੜ ਤੋਂ ਉੱਪਰ ਦਾ ਪੈਕੇਜ ਅਪਰੂਵ ਕੀਤਾ ਕਿ ਹਰ ਪਿੰਡ ਤੱਕ ਫਾਸਟ ਇੰਟਰਨੈਟ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਕੱਲ੍ਹ ਤੱਕ ਜੋ ਕਿਆਸਰ ਆਈਆਂ ਸੀ ਕੋਈ ਨਹੀਂ ਮਿਲਿਆ ਫਿਰ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਪੋਸਟ ਹੋਣੀ ਕਿ ਪ੍ਰਿਯੰਕਾ ਗਾਂਧੀ ਨਾਲ ਉਹਨਾਂ ਦੀ 4 ਘੰਟੇ ਮੀਟਿੰਗ ਹੋਈ ਔਰ ਲੇਟੈਸਟ ਨਿਊਜ਼ ਹੈ ਕਿ ਉਹਨਾਂ ਦੀ ਮੀਟਿੰਗ ਰਾਹੁਲ ਗਾਂਧੀ ਨਾਲ ਵੀ ਹੋ ਚੁੱਕੀ ਹੈ ਕੀ ਲੈ ਕੇ ਆਉਂਦਾ ਭਵਿੱਖ ਦੀ ਬੁੱਕਲ ਦੇ ਵਿੱਚ ਹੈ ਕੀ ਕੁਛ ਆਊਗਾ ਕੀ ਕੁਛ ਨਹੀਂ ਆਊਗਾ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਵੈਸਟ ਬੰਗਾਲ ਦੇ ਵਿੱਚ ਇੱਕ ਫਰਜ਼ੀਵਾੜਾ ਸਾਹਮਣੇ ਆਇਆ ਵੈਕਸੀਨੇਸ਼ਨ ਨੂੰ ਲੈ ਕੇ ਆਰੋਪ ਪ੍ਰਤਿਆਰੋਪ ਚੱਲਦੇ ਰਹਿਣਗੇ ਇਹਦੇ ਵਿੱਚ ਕੋਈ ਪਤਾ ਨਹੀਂ ਸੱਚਾਈ ਕੀ ਹੈ ਵਕਤ ਦੱਸੇਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮਾਣਯੋਗ ਸੁਪਰੀਮ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਇਆ ਸੈਂਟਰਲ ਗੌਰਮੈਂਟ ਨੂੰ ਸਖ਼ਤ ਆਦੇਸ਼ ਦਿੱਤੇ ਨੇ ਕਿ ਜੇ ਕਿਸੇ ਦੀ ਮੌਤ ਕਰੋਨਾ ਵਾਇਰਸ ਨਾਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਔਰ ਉਹਨਾਂ ਨੂੰ 6 ਮਹੀਨਿਆਂ ਦੇ ਵਿੱਚ ਵਿੱਚ ਗਾਈਡਲਾਈਨਸ ਜਾਰੀ ਕਰਨ ਦੇ ਨਿਰਦੇਸ਼ ਮਾਣਯੋਗ ਸੁਪਰੀਮ ਕੋਰਟ ਨੇ ਦਿੱਤੇ ਹੈ ਦਰਸ਼ਕੋ ਇਹ ਸਾਰੀਆਂ ਤਾਂ ਨਿਊਜ਼ ਜਿਹੜੀਆਂ ਹੈ ਤੁਸੀਂ ਚੱਲ ਹੀ ਰਹੇ ਸੋਸ਼ਲ ਮੀਡੀਆ ਦੇਖ ਰਹੇ ਇੱਧਰ ਉੱਧਰ ਦੇਖ ਰਹੇ 2-3 ਗੱਲਾਂ ਜਿਹੜੀਆਂ ਬਹੁਤ ਜ਼ਿਆਦਾ ਧਿਆਨ ਮੰਗਦੀਆਂ ਨੇ ਦਰਸ਼ਕੋ ਇਹ ਨੇ ਕਿ ਪੰਜਾਬ ਇਲੈਕਸ਼ਨ ਨੂੰ ਲੈ ਲਈਏ ਨਵੀਂ ਬ੍ਰਿਗੇਡ ਸਾਹਮਣੇ ਕਦੋਂ ਆਊਗੀ ਕਿਉਂਕਿ ਪੁਰਾਣੇ ਜਿਹੜੇ ਨੇਤਾ ਨੇ ਉਹ ਕਹਿ ਦਿੰਦੇ ਨੇ ਕਿ ਆ ਮੇਰਾ ਲਾਸਟ ਇਲੈਕਸ਼ਨ ਹੈ ਜਾਂ ਮੈਂ ਬਿਮਾਰ ਚੱਲ ਰਿਹਾ ਕਈ ਵਾਰ ਤਾਂ ਹੱਥ ਜੋੜ ਕੇ ਇਹ ਵੀ ਕਿਹਾ ਜਾਂਦਾ ਕਿ ਮੈਨੂੰ ਇੱਕ ਵਾਰ ਮੁੱਖ ਮੰਤਰੀ ਹੋਰ ਬਣਾ ਦਿਓ ਅਗਲੀ ਵਾਰ ਮੈਂ ਸੰਨਿਆਸ ਲੈ ਲੂੰਗਾ ਉਹਨਾਂ ਦਾ ਪਰਸਨਲ ਡਿਸੀਜਨ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਨਵੀਂ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਆ ਕੇ ਨਵੇਂ ਤਰੀਕੇ ਨਾਲ ਨਵੀਆਂ ਗਾਈਡਲਾਈਨਸਾਂ ਨਵੇਂ ਜਿਹੜੇ ਪ੍ਰੋਗਰਾਮਸ ਨੂੰ ਇਸ਼ੂ ਕਰ ਦੇਣਾ ਚਾਹੀਦਾ ਉਹਨਾਂ ਦੇ ਨਵੇਂ ਆਈਡੀਆਜ਼ ਆਉਣਗੇ ਕਿਉਂਕਿ ਬਦਲਦੀ ਜਨਰੇਸ਼ਨ ਨਾਲ ਵਕਤ ਵੀ ਬਦਲਦਾ ਰਹਿੰਦਾ ਅਤੇ ਉਹ ਬੈਟਰ ਆਈਡੀਆ ਬੈਟਰ ਵਧੀਆ ਹਰ ਚੀਜ਼ ਇੰਪਲੀਮੈਂਟੇਸ਼ਨ ਨਵੇਂ ਤਰੀਕੇ ਨਾਲ ਕਰਨਗੇ ਔਰ ਵਧੀਆ ਹੋਊਗਾ ਚਾਹੇ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਪੂਰੇ ਇੰਡੀਆ ਦੀ ਗੱਲ ਕਰ ਰਿਹਾ ਪਰ ਆਪਾਂ ਹੁਣ ਖਾਸ ਕਰਕੇ ਇਲੈਕਸ਼ਨ ਆਪਣੇ ਪੰਜਾਬ 'ਚ ਆਉਣ ਵਾਲੀਆਂ ਕਰਕੇ ਉੱਤੇ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ 300 ਯੂਨਿਟ ਫਰੀ ਦੇਣਾ ਕੇਜਰੀਵਾਲ ਵੱਲੋਂ ਆ ਕੇ ਐਲਾਨ ਕਰ ਦੇਣਾ ਮੈਨੂੰ ਇੱਕ ਗੱਲ ਸਾਰਾ ਦਿਨ ਇਹ ਬੜੀ ਅਜੀਬ ਲੱਗੀ ਕਿ ਆਪਾਂ ਖੈਰਾਤ ਬੰਦਣ ਨੂੰ ਅੱਗੇ ਕਿਉਂ ਹੋ ਜਾਂਦੇ ਹਾਂ ਆਪਾਂ ਇਹ ਕਹਿੰਦੇ ਕਿ ਤੈਨੂੰ ਆਹ ਫਰੀ ਦਿੱਤਾ ਜਾਊਗਾ ਮੈਂ ਕਦੇ ਡਿਨਾਈ ਨਹੀਂ ਕੀਤਾ ਕਿਸੇ ਮੰਚ ਤੋਂ ਕਿ ਕੋਈ ਜ਼ਰੂਰਤਮੰਦ ਹੈ ਉਹਦੀ ਹੈਲਪ ਨਾ ਕਰੋ ਉੱਥੇ ਵੀ ਇੱਕ ਨੀਡੀ ਵਰਗ ਹੈਗਾ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਆਟਾ ਦਾਲ ਵੀ ਚਾਹੀਦੀ ਉਹਨਾਂ ਨੂੰ ਫਰੀ ਬਿਜਲੀ ਪਾਣੀ ਸਭ ਕੁਝ ਚਾਹੀਦਾ ਔਰ ਦੇਣਾ ਵੀ ਚਾਹੀਦਾ ਹੈ ਕੋਸ਼ਿਸ਼ ਕਰੋ ਵੀ ਆਪਦੇ ਪੈਰਾਂ 'ਤੇ ਖੜ੍ਹੇ ਹੋਣ ਪਰ ਜੇ ਨਹੀਂ ਹੋ ਸਕਦੇ ਤਾਂ ਕੋਸ਼ਿਸ਼ ਕਰੋ ਕਿ ਉਹ ਉਹਨਾਂ ਨੂੰ ਉਹ ਸਪਲਾਈ ਦਿੱਤੀ ਜਾਵੇ ਅਤੇ ਬਾਕੀ ਬੰਦਿਆਂ ਨੂੰ 300 ਯੂਨਿਟ ਫਰੀ ਦੇਣ ਦੀ ਬਜਾਏ ਕਿ ਆਪਾਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਇੰਪਲੋਇਮੈਂਟ ਦੇ ਜਿਹੜੇ ਸਾਧਨ ਜੁਟਾ ਕੇ ਉਹਨਾਂ ਨੂੰ ਉਸ ਧਰਤੀ 'ਤੇ ਉਸ ਸਟੈਂਡ 'ਤੇ ਖੜ੍ਹਾ ਕਰੀਏ ਕਿ ਉਹ 300 ਯੂਨਿਟ ਦਾ ਬਿੱਲ ਵੀ ਦੇਣ ਤਾਂ ਕਿ ਰੈਵਨਿਊ ਜਨਰੇਟ ਹੋਵੇ ਤੁਸੀਂ ਇਹ ਬਾਰੇ ਕੀ ਵਿਚਾਰ ਨੇ ਉਸ ਤੋਂ ਬਾਅਦ ਕੁਐਸਚਨ ਮੇਰੇ ਅੱਗੇ ਬਹੁਤ ਨੇ ਇਹਨਾਂ 2-3 ਚੀਜ਼ਾਂ 'ਤੇ ਝਾਤ ਮਾਰਨ ਸਾਡੇ ਨਾਲ ਜੁੜ ਗਏ ਨੇ ਚੰਡੀਗੜ੍ਹ ਤੋਂ ਸਾਡੇ ਬਹੁਤ ਹੀ ਮਾਣਯੋਗ ਡਾਕਟਰ ਪਿਆਰੇ ਲਾਲ ਜੀ ਗਰਗ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਤਾਂ ਫਿਰ ਕੁਐਸਚਨ ਅੱਗੇ ਮੈਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਜਸ ਪੰਜਾਬੀ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ 'ਤੇ ਸ਼ੁਕਰੀਆ ਜੀ ਬਹੁਤ ਬਹੁਤ ਗੁਰੂ ਲਾਲ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਕਿੱਦਾਂ ਸਿਹਤ ਕਿੱਦਾਂ ਤੁਹਾਡੀ ਠੀਕ ਹੈ ਜੀ ਬਿਲਕੁਲ ਠੀਕ ਠੀਕ ਬਹੁਤ ਸੋਹਣੀ ਗੱਲ ਹੈ ਡਾਕਟਰ ਸਾਹਿਬ ਦੋ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਸਮਝਾਓ ਇੱਕ ਇੱਕ ਕਰਕੇ ਆਰਾਮ ਨਾਲ ਪਹਿਲੀ ਗੱਲ ਤਾਂ ਜਿਹੜੀ ਯੰਗ ਜਨਰੇਸ਼ਨ ਹੈ ਆਪਾਂ ਪਾਰਟੀਬਾਜ਼ੀ ਤੋਂ ਬਾਅਦ 'ਚ ਗੱਲ ਕਰ ਲਾਂਗੇ ਕੁਐਸਚਨ ਉਹਨਾਂ ਕਿਹਾ ਕੀ ਨਹੀਂ ਕਿਹਾ ਉਹ ਮੈਨੂੰ ਇਹ ਦੱਸੋ ਕਿ
बड़े काक नेता ने पुराने ने कई कई बार उदे भी माण चुके ने हुण समा बदल रहा तुसी देखिया होना अमेरिका दे विच बराक ओबामा दो बार दा करके यंग सीगा जिमी कार्टर तो लैके बिल क्लिंटन जो उन्होंने पोलिटिक्स पैर रखे यंग सीगे पर आपदे टाइम ना रिटायर होके आपदा कोई साइड काम करी जांदे उच कोई दोहराई नहीं है पर वह जी एक्टिव पोलिटिक्स तो अड हो गए ये तुहानू नहीं लगता कि अपना पंजाब च इलैक्शन आना चाहिए कोई भी पार्टी का है जो पांच वारियां दे मुख्यमंत्री सिद्धार्थ प्रकाश सिंह बादल है वह कह देंगे कि मैं हुण संन्यास लै लिया सीधा नहीं उन्होंने कहा उन्होंने यही कहा कि हुण सुखबीर सिंह बादल दे हथ कमान है पर पिछे जो बयान आया सी सरदार सुखबीर सिंह बादल का कि जिहड़े मुख्यमंत्री दे चेहरे होणगे उह सरदार प्रकाश सिंह बादल होणगे दूजे पासे लै लईए आपां माणियो कैप्टन अमरिंदर सिंह जी ने उम्र आ उम्र होई भी है उन्हां दी परमात्मा नूं लंबी उम्र दे आपां उह नहीं गल कर रहे गल है कि वह क्यों नहीं पासे हो के देख लेंदे कि यंग जनरेशन नवें तरीकों नाल इन्हां नूं अगे वधाईए ताकि कोई नवी चीज़ आ सके सूबे दे विच होर भी बहुत नेता आउणगे पहलां तां इत्थे झात मारो जी दसो ये क्यों नहीं हो रहा देखो गुरु लाल जी कोई दो राय नहीं कि जां कानून राही जां जेड़ा साडा समाजिक सभ्याचारक नियम है जी उहदे विच भी असीं कहने आ कि नवीं पीढ़ी नूं नाल नाल ट्रेंड करदे जाओ ते अगों जा के वह बागडोर संभाले जी जी ते उहदे विच जे असीं साडे इत्थे सभ्याचार की गल करिए संस्कृति की गल करिए तां चार आश्रम जिहड़े गिने सी जी जी उहदे विच बाल आश्रम जिन्हों ब्रह्मचार्य कहते फिर ग्रिस्त आश्रम फिर बाण प्रस्थ आश्रम से फिर संन्यास आश्रम जी डॉक्टर साहब अपने कॉल ले ली रियल क्विक जी सत श्री अकाल तुसी ऑन एयर कौन साहब हो जी हाँ जी मैं हरजिंदर सिंह बोल रहा जी कड़े शहर तो बोल रहे हरजिंदर सिंह जी मैं ट्रेसी तो बोल रहा हूँ जी हाँ जी सरदार हरजिंदर सिंह जी थोड़ा बहुत बहुत स्वागत है डॉक्टर प्यारेलाल अपने जुड़े हुए हैं हाँ जी ਕਲਾ ਸਾਹਿਬ ਪਰ ਮੁੱਦਾ ਤਾਂ ਤੁਹਾਡਾ ਹੋ ਰਿਹਾ ਮੈਂ ਗੱਲ ਕੋਈ ਹੋਰ ਕਰਨੀ ਚਾਹੁੰਦਾ ਮੈਂ ਬਹੁਤ ਚਿਰ ਦਾ ਫੋਨ ਲਾ ਰਿਹਾ ਚਾਰ ਪੰਜ ਵੀਕਾਂ ਤੋਂ ਪਰ ਲੱਗ ਨਹੀਂ ਰਿਹਾ ਜੀ ਹੁਕਮ ਲਾਓ ਜੀ ਹਾਂਜੀ ਇੱਕ ਆਪਣਾ ਨਾ ਜਿੱਦਾਂ ਸ਼ਹੀਦ ਪਰਿਵਾਰ ਦੀ ਗੱਲ ਕਰਨੀ ਸੀ ਮੈਂ ਕੁਲਦੀਪ ਸਿੰਘ ਕੀਪਾ ਸ਼ੇਖੂਪੁਰੀਆ ਜੀ ਹੈ ਨਾ ਉਸ ਪਰਿਵਾਰ ਦੀ ਕਿਸੇ ਵੀ ਜਾਂ ਖਾਲਿਸਤਾਨੀ ਲਾ ਲਓ ਜਾਂ ਕੋਈ ਸੰਸਥਾ ਲਾ ਲਓ ਉਸ ਪਰਿਵਾਰ ਦੀ ਕਿਸੇ ਨੇ ਮਦਦ ਨਹੀਂ ਕੀਤੀ ਉਹ ਅੱਜ ਜੀਰੋ ਗਰਾਊਂਡ 'ਤੇ ਆਏ ਬੈਠੇ ਬੰਦੇ ਜੀ 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 ਡੈਫ ਹਾਂਜੀ ਹਾਂਜੀ ਉਹ ਆਪਾਂ ਫਿਰ ਕਿਸ ਦਿਨ ਆਪਾਂ ਲਾਵਾਂਗੇ ਜੀ ਸੈਸ਼ਨ ਸਰਦਾਰ ਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ ਜੀ ਡਾਕਟਰ ਸਾਹਿਬ ਅਤੇ ਉਹਦੇ ਵਿੱਚ ਬਾਣ ਪ੍ਰਸਥ ਆਸ਼ਰਮ ਜਿਹੜਾ ਸੀ ਕਿ 50 ਸਾਲ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਜਿਹੜਾ ਤੁਸੀਂ ਕੰਮ ਕਰਦੇ ਹੋ ਸੰਸਾਰੀ ਉਹ ਤੋਂ ਥੋੜ੍ਹਾ ਥੋੜ੍ਹਾ ਪਿੱਛੇ ਹਟਾਉਂਦੇ ਜਾਓ ਜੀ ਉਹਦੇ ਚੌਧਰੀ ਨਾ ਬਣੋ ਘਟਾਉਂਦੇ ਜਾਓ ਆਪਦੀ ਜ਼ਿੰਮੇਵਾਰੀ ਦੂਜੀ ਜਾਓ 75 ਸਾਲ ਤੇ ਜਾ ਕੇ ਤੁਸੀਂ ਉਹਨੂੰ ਜਿਹੜੇ ਸਮਾਜਿਕ ਕੰਮ ਨੇ ਜਿਹੜੇ ਤੁਸੀਂ ਕੰਮ ਕਰਦੇ ਹੋ ਘਰੇਲੂ ਜਾਂ ਹੋਰ ਪ੍ਰਬੰਧ ਦੇ ਉਹਨਾਂ ਤੋਂ ਵਿਰਕਤ ਹੋ ਜਾਓ ਵੀ ਕੋਈ ਗੱਲ ਨਹੀਂ ਹੁਣ ਤੁਸੀਂ ਚਲਾਓ ਮੈਂ ਤਾਂ ਸਿਰਫ ਤੁਹਾਨੂੰ ਮਾੜੀ ਮੋਟੀ ਜੀ ਕੋਈ ਰਾਏ ਹੋਈ ਦੇ ਦਾਂਗੇ ਜੋ ਵੀ ਤੁਸੀਂ ਪੁੱਛੋਗੇ ਜੀ ਜੀ ਸੰਨਿਆਸ ਸੰਨਿਆਸ ਦਾ ਮਤਲਬ ਜੰਗਲਾਂ ਜਾਣਾ ਨਹੀਂ ਸੀ ਸੰਨਿਆਸ ਦਾ ਮਤਲਬ ਸੀ ਵੀ ਦਖਲਅੰਦਾਜ਼ੀ ਨਹੀਂ ਕਰਨੀ ਇਹ ਸੰਨਿਆਸ ਸੀ ਉਹ ਜੀ 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 ਅਸੀਂ ਉਹਦਾ ਉਲਟ ਮਤਲਬ ਕੱਢਿਆ ਇੱਕ ਤਾਂ ਕਿਉਂਕਿ ਸਾਡੇ ਬ੍ਰਾਹਮਣਵਾਦ ਬਹੁਤ ਜ਼ਿਆਦਾ ਹੈ ਕਿ ਜੀ ਉਹ ਤਾਂ ਜੰਗਲਾਂ ਜਾਣ ਦਾ ਮਤਲਬ ਸੰਨਿਆਸ ਕੋਈ ਸੰਨਿਆਸ ਜੰਗਲਾਂ ਜਾਣ ਦਾ ਮਤਲਬ ਨਹੀਂ ਹੈ ਸੋ ਉਹਦੇ ਵਿੱਚ ਪਰ ਇਹ ਜ਼ਰੂਰ ਸੀਗਾ ਵੀ ਅਸੀਂ ਨਵੀਂ ਪੀੜ੍ਹੀ ਨੂੰ ਹੌਲੀ ਹੌਲੀ ਟ੍ਰੇਨਡ ਕਰਕੇ ਗ੍ਰਿਸਤ ਆਸਣ ਵੇਲੇ ਉਹ ਟ੍ਰੇਨਡ ਹੁੰਦੀ ਜਾਂਦੀ ਹੈ ਉਹ ਸਾਹਮਣੇ ਸਾਰੇ ਉਸ ਨੂੰ ਅਸੀਂ ਜੇ ਉਹਨੂੰ ਟ੍ਰੇਨਡ ਨਹੀਂ ਕਰਾਂਗੇ ਤਾਂ ਫਿਰ ਅਸੀਂ ਉਹਨੂੰ ਸੰਭਾਲ ਹੀ ਨਹੀਂ ਸਕਦੇ ਕਿਉਂਕਿ ਟ੍ਰੇਨ ਕਰੇ ਬਿਨਾਂ ਤੁਸੀਂ ਕਿਸੇ ਨੂੰ ਹਵਾਈ ਜਹਾਜ਼ ਚਲਾਉਣ ਲਾਲੋ ਅਤੇ ਉਹਨੂੰ ਚਲਾਉਣਾ ਟਰੈਕਟਰ ਵੀ ਨਾ ਆਉਂਦਾ ਹੋਵੇ ਜੀ 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 ਤਾਂ ਉਹ ਐਕਸੀਡੈਂਟ ਹੀ ਕਰੇਗਾ ਕਿਉਂਕਿ ਤੁਸੀਂ ਟ੍ਰੇਨਿੰਗ ਨਹੀਂ ਉਮਰ ਦੇ ਨਾਲ ਟ੍ਰੇਨਿੰਗ ਦਾ ਸਵਾਲ ਨਹੀਂ ਹੈ ਟ੍ਰੇਨਿੰਗ ਦਾ ਬਲਕਿ ਯੰਗ ਏਜ 'ਚ ਹੁੰਦੀ ਹੈ ਬੰਦਾ ਰਿਸਕ ਲੈ ਸਕਦਾ ਟ੍ਰੇਨਿੰਗ ਨਹੀਂ ਅਸੀਂ ਕਰੀ ਦੂਜੀ ਗੱਲ ਫਿਰ ਅਸੀਂ ਟ੍ਰੇਨਿੰਗ ਦੇ ਕਈ ਵੀ ਦੋ ਗੱਲਾਂ ਨੇ ਵੀ ਇੱਕ ਤਾਂ ਅਸੀਂ ਇਸ ਕਰਕੇ ਨਹੀਂ ਕਰੀ ਕਿ ਅਸੀਂ ਦੂਜੀ ਵੀ ਇਹਨੂੰ ਟ੍ਰੇਨ ਕਰਨਾ ਹੀ ਨਹੀਂ ਚਾਹੁੰਦੇ ਜਾਂ ਸਾਡੀ ਹੰਕਾਰ ਬੜਾ ਹੈ ਜਾਂ ਲਾਲਚ ਹੈ ਵੀ ਜੇ ਇਹਨੂੰ ਟ੍ਰੇਨ ਕਰਤਾ ਜਾ ਰਿਹਾ ਮੇਰੀ ਜਗ੍ਹਾ 'ਤੇ ਆ ਜਾਊਗਾ ਅਤੇ ਫਿਰ ਮੈਨੂੰ ਕੌਣ ਪੁੱਛੂਗਾ ਸੋ ਇਹ ਜਿਹੜੀ ਮਾੜੀ ਮਾਨਸਿਕਤਾ ਹੈ ਇਹ ਮਾਨਸਿਕਤਾ ਸਾਡੇ ਭਾਰਤ ਦੇ ਜਿਹੜੇ ਸਿਆਸਤਦਾਨ ਨੇ ਪਿਛਲੇ 30-40 ਸਾਲ 'ਚ ਜ਼ਿਆਦਾ ਹੀ ਆ ਗਈ ਹੈ ਇਸੇ ਕਰਕੇ ਉਹ ਨੌਜਵਾਨਾਂ ਨੂੰ ਭੀੜ ਤੰਤਰ ਬਣਾ ਰਹੇ ਨੇ ਵੀ ਬਿਨਾਂ ਸੋਚੇ ਸਮਝੇ ਜੋ ਮਰਜ਼ੀ ਕਹਿ ਦਿਓ ਜੋ ਮਰਜ਼ੀ ਮੀਡੀਆ 'ਚ ਛੋਟੀ ਜਿਹੀ ਗੱਲ ਨੂੰ ਉਛਾਲ ਦਿਓ ਉਹਦੇ ਉੱਤੇ ਲੋਕ ਐਕਟ ਕਰਨ ਲੱਗ ਜਾਂਦੇ ਨੇ ਉਦੋਂ ਵੱਡੀਆਂ ਗੱਲਾਂ ਰਹਿ ਜਾਂਦੀਆਂ ਨੇ ਜਾਣੀ ਕਿ ਮੁੱਦਿਆਂ ਨੂੰ ਆਪਦੀ ਮਰਜ਼ੀ ਨਾਲ ਗੇੜਾ ਦੇਣਾ ਸਮਾਜ ਦੀ ਲੋੜ ਅਨੁਸਾਰ ਨਹੀਂ ਦੇਣਾ ਸਿਆਸਤ ਦੀ ਲੋੜ ਅਨੁਸਾਰ ਨਹੀਂ ਦੇਣਾ ਅਰਥਚਾਰੇ ਦੀ ਲੋੜ ਅਨੁਸਾਰ ਨਹੀਂ ਦੇਣਾ ਆਪਦੀ ਮਰਜ਼ੀ ਨਾਲ ਆਪਣੇ ਹਿੱਤ ਵਾਸਤੇ ਇਹ ਜਾਦੂ ਕਰਤਾ ਹੁਣ ਮੈਂ ਜਦ ਕੁਦਰਤ 'ਚ ਦੇਖਦਾ ਕੁਦਰਤ ਵੀ ਜਿਹੜੇ ਪੇੜ ਨੇ ਉਹ ਆਪਦੇ ਪੱਤੇ ਝਾੜ ਦਿੰਦੇ ਪੁਰਾਣੇ ਜੀ
जी नवे पत्तियां नूं जगह दिंदे ने, हैं वो कहिंदे पिपल दा पत्ता वे क्यों खड़खड़ तूं लाई है रुत्त नवयां दी आई है, रुत नवी नवयां दी हुई। रुत्त जी आउंदी जी है जी जी, जी जी वो जी जरूरी है। जे जी नवयां दी रुत्त कुदरत दे विच आ रही है तो समाज तां होनी जरूरी है, समाज जी कुदरत तों ही बनिया ना। जी जी सो जी साडे इह आदत गलत हुई हुई है। असीं मैं जनरल सैकटरी सी आपदी एसोसीएशन दा, जी जी डॉक्टरों की एसोसीएशन का, जी तो असं उस संविधान बनाया पहली बारी 1977 च, जी असं उस संविधान लिखा भी कोई बंदा दो बार तो वो रह ही नहीं सकता। और जे 5-5 साल का टाइम है तो 10 साल हो गया बस, ठीक है। हाँ जी हाँ 3-3 साल की सी साढ़े, खैर जी जी तीन भी तीन साल छे में जी सात तो जी बाद कोई नहीं हो सकता उसके रहेगा, क्योंकि ये तो फिर नहीं तुम जगह मंडी रखोगे, फिर तो जी तुम नवे जगह ही नहीं दोगे। हर एक बंदे च गलतियां करके ही सीखता, कहते डिग डिग सवार होंगे ने। जे जी असं इस गल के उत्ते तुरे रहेंगे, ईवन साढ़े साढ़े इंडिया च एक प्रॉब्लम है जी वो यही है भी असं बच्चे हाई तक सट्ट ना लगे, जी जी प्रोटेक्टिव हाँ असं भी, मैनू ही सब कुछ पता है, दूजा सानू हंकार है भी साढ़े साढ़े जन ज्ञान ही किसी को नहीं। जी 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 असी ना तो बच्चों को डिवेलप होने दें, ना असी लीडरशिप डिवेलप होने दें जिदा कि सानू करनी चाहिए है। जी जिदे जी विचों की निकलाया परिवारवाद, भी हुण राजाशाही भी गांह दी गांह, उहदा मुंडा उहदा मुंडा, उहदा कुड़ी उहदी कुड़ी, वह जवाक परिवारां दे, तुसीं जिहड़ी मर्जी पार्टी भारती लै लो उहदे विच परिवारवाद दा राज है। दो जी पार्टियां जी दी जी गल करदे ने मैं ना इत्थे आप तुहानूं डॉक्टर साहब हाँ एक एक देखना, अपने दो स्टेटां ने, एक च तां जी शायद परिवारवाद थोड़ा बहुत चल रहा पर कम बहुत वधिया चल रहा, एक उड़ीसा दूसरी केरला। हाँ जी ओहो वैल एजुकेशन दे हिसाब नाल भी वैल एजुकेटेड कम्यूनिटीज़ हैगियां है। उड़ीसा चलो देख लें, पटना एक फैमिली बनती जा रही है पर वो बाकी होर मंत्री बदलते आते हैं, तो तुसीं केरला च भी देख लो और बहुत वधिया परफॉर्म कर रहे हैं, देखो तुसीं देखिया होना। गल ये है, उड़ीसा दे होर कारण ने, केरला दे होर कारण ने, आपां जी ये मान जी के चलो, जी चाहे जी जी दोनों दे सभ्याचार होर, जी जी डॉक्टर उड़ीसा दे साहब, विच डॉक्टर साहब भी अपन कंटिन्यू रखते, अपन छोटी जी ब्रेक ले लिए एक। हाँ जी हाँ जी दर्शकों साढ़े बने हुए मानयोग डॉक्टर प्यारे लाल गर्ग, आप बहुत सोहनी डिस्कशन कर रहे हैं कि नवी जनरेशन नू हुण जो है मौका मिलना चाहिए ताकि नवे तरह ना राज चलाए जा सकन। अपन रुकना पै रहा एक छोटी जी ब्रेक लिए, इदा बने रहो जस पंजाबी ते। स्वागत जी ਤੁਹਾਡਾ ਸਾਰਿਆਂ ਦਾ ਫੇਰ ਓਪਨ ਪਲੇਟਫਾਰਮ ਪ੍ਰੋਗਰਾਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਕਾਫੀ ਸੁਧਾਰ ਹੋ ਰਹੇ ਨੇ, ਜਿਹੜੇ ਲਾਕਡਾਊਨ ਲੱਗੇ ਸੀਗੇ ਬਿਜ਼ਨੈਸਸ ਓਪਨ ਹੋ ਰਹੇ ਨੇ। ਦਰਸ਼ਕੋ ਹਰ ਇਦਾਰੇ ਨੂੰ ਹਰ ਪ੍ਰੋਗਰਾਮ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਹੈ। ਜੇ ਤੁਸੀਂ ਚਾਹੁੰਦੇ ਹੋ ਆਪਣੇ ਬਿਜ਼ਨੈਸ 'ਚ ਵਾਧਾ ਕਰਨਾ ਸਾਨੂੰ ਜ਼ਰੂਰ ਯਾਦ ਕਰੋ info@justbroadcasting.com ਜਾਂ ਫਿਰ 2094633362 'ਤੇ ਕਾਲ ਕਰਕੇ ਤੁਸੀਂ ਜ਼ਰੂਰ ਸਾਨੂੰ ਯਾਦ ਕਰੋ ਤਾਂ ਕਿ ਅਸੀਂ ਤੁਹਾਡੀ ਕੋਈ ਹੈਲਪ ਕਰ ਸਕੀਏ ਔਰ ਤੁਹਾਡਾ ਜਿਹੜਾ ਬਿਜ਼ਨਸ 'ਚ ਵਾਧਾ ਹੋ ਸਕੇ। ਦਰਸ਼ਕ ਆਪਣੇ ਨਾਲ ਜੁੜੇ ਹੋਏ ਨੇ ਮਾਣਯੋਗ ਡਾਕਟਰ ਪਿਆਰੇ ਲਾਲ ਗਰਗ ਗਰਗ। ਡਾਕਟਰ ਸਾਹਿਬ ਤੁਸੀਂ ਆਪਾਂ ਕੇਰਲਾ ਤੋਂ ਉੜੀਸਾ ਦੀ ਗੱਲ ਕਰ ਰਹੇ ਸੀ ਆ ਯੰਗ ਜਨਰੇਸ਼ਨ ਬਾਰੇ, ਉੱਥੋਂ ਕੰਟੀਨਿਊ ਕਰੋ ਜੀ। ਹਾਂਜੀ ਮੈਂ ਇਹ ਕਹਿੰਦਾ ਸੀ ਵੀ ਦੋ ਸਟੇਟਾਂ ਜੀ ਠੀਕ ਹੈ ਪਰ ਕੇਰਲਾ ਦੇ ਵਿੱਚ ਹੋਰ ਕਾਰਨ ਨੇ, ਉੜੀਸਾ 'ਚ ਹੋਰ ਨੇ। ਉੜੀਸਾ 'ਚ ਤਾਂ ਹੈ ਤਾਂ ਪਰਿਵਾਰਵਾਦ ਹੀ, ਜੀ ਜੀ ਖਾਸ ਕਰਕੇ ਮੁੱਖ ਮੰਤਰੀ ਦੇ ਅਹੁਦੇ ਵਾਸਤੇ, ਜੀ ਤੇ ਜੀ ਕੇਰਲਾ ਦੇ ਵਿੱਚ ਕਿਉਂਕਿ ਯੰਗਰ ਜਨਰੇਸ਼ਨ ਜਿਹੜੀ ਆ ਉਹਨੂੰ ਜਗ੍ਹਾ ਦਿੱਤੀ ਜਾਂਦੀ ਪੋਲੀਟੀਕਲੀ ਸਪੇਸ, ਈਵਨ ਜਿਹੜਾ ਹੁਣ ਉਹਨਾਂ ਨੇ ਇੱਕ ਮੰਤਰੀ ਬਣਾਇਆ ਵੀ ਜੋ ਮੁੱਖ ਮੰਤਰੀ ਦਾ ਦਮਾਦ ਹੈ, ਉਹ ਦਮਾਦ ਬਣਿਆ ਹੀ ਤਾਂ ਕਿ ਉਹ ਪੋਲੀਟੀਕਲ ਐਕਟਿਵਿਸਟ ਸੀ, ਦਰਦਰ ਉਲਟ ਪਾਸਿਓਂ ਆਇਆ ਉਹ, ਹਾਂਜੀ ਇਹ ਨਹੀਂ ਹੈ ਕਿ ਹਾਂਜੀ ਦਮਾਦ ਸੀ ਇਸ ਕਰਕੇ ਉਹ ਬਣਿਆ, ਉਹ ਪੋਲੀਟੀਕਲ ਐਕਟਿਵਿਸਟ ਸੀ, ਉਹਨਾਂ ਨੇ ਉਹਨੂੰ ਕੁੜੀ ਵਿਆਹੀ ਆਪਣੀ, ਇਹ ਗੱਲ ਇਹ ਹੈ। ਜੀ ਸੋ ਜੀ ਇਸ ਕਰਕੇ ਸਾਨੂੰ ਸਮਝਣਾ ਇਹ ਚਾਹੀਦਾ ਵੀ ਉੱਥੇ ਦਾ ਜਿਹੜਾ ਰਜ਼ੀਮ ਹੈ ਉਹ ਪੜ੍ਹੇ ਲਿਖੇ ਤਾਂ ਹੈਗੇ ਨੇ, ਪੜ੍ਹੇ ਲਿਖੇ ਹੁਣ ਪੰਜਾਬ 'ਚ ਵੀ ਕਾਫੀ ਆਬਾਦੀ ਪੜ੍ਹ ਗਈ ਹੈ, ਪੜ੍ਹੇ ਲਿਖੇ ਇਕੱਲੇ ਹੋਣਾ ਜ਼ਰੂਰੀ ਨਹੀਂ ਹੈ, ਜੀ ਜੀ ਪੜ੍ਹੇ ਜੀ ਲਿਖੇ ਦੇ ਨਾਲ ਜਿਵੇਂ ਪੜ੍ਹਿਆ 'ਚ ਗੁੜਿਆ ਕਹਿੰਦੇ ਨੇ ਵੀ ਗੁੜਿਆ ਹੋਣਾ ਜ਼ਰੂਰੀ ਹੈ, ਗਿਆਨ ਹਾਂਜੀ ਹੋਣਾ, ਗਿਆਨ ਹੋਣਾ ਗਿਆਨ ਜੀ, ਅੱਖਰ ਗਿਆਨ ਵੱਡੀ ਗੱਲ ਉੱਥੇ ਇੱਕ ਆਉਂਦੀ ਡਾਕਟਰ ਸੱਚਾ। ਸਾਹਿਬ ਵੱਡੀ ਗੱਲ ਉੱਥੇ ਆਉਂਦੀ ਹੈ, ਬਹੁਤ ਮੈਂ ਦੇਖਿਆ ਘੱਟ ਪੜ੍ਹੇ ਲਿਖੇ ਪਰ ਹੜ ਜ਼ਿਆਦਾ ਜਾਂਦੇ, ਉਹਨਾਂ ਨੂੰ ਜ਼ਿੰਦਗੀ ਦੀ ਐਕਸਪੀਰੀਅੰਸ ਜ਼ਿਆਦਾ ਆ ਜਾਂਦਾ ਕਈ ਵਾਰੀ, ਹਾਂ ਤੋ ਸੋ ਉਦੋਂ ਵਧੀਆ ਸਾਨੂੰ ਡਿਸੀਜਨ ਲੈ ਲੈਂਦੇ ਨੇ। ਹਾਂਜੀ ਬਿਲਕੁਲ ਤੇ ਸਾਨੂੰ ਨਾ ਗਿਆਨ ਹੋ ਕੇ ਲੋਕਾਂ ਦੇ ਹਿੱਤ ਦੀ ਗੱਲ, ਜਿਹਨੂੰ ਆਪਾਂ ਕਹਿੰਦੇ ਜਿਹੜਾ ਜਨ ਹਿੱਤ, ਨਿੱਜ ਹਿੱਤ ਤੇ ਜਨ ਹਿੱਤ 'ਚ ਫਰਕ ਸਮਝਣਾ ਪਊਗਾ। ਜੇ ਤੁਸੀਂ ਨਿੱਜ ਹਿੱਤ 'ਚ ਬੜੇ ਰਹੋਗੇ ਤਾਂ ਤੁਸੀਂ ਪਰਿਵਾਰਵਾਦ ਦੇ ਵਿੱਚ ਜਗ੍ਹਾ ਨਾ ਛੱਡਣੀ, ਨਵੇਂ ਨੂੰ ਜਗ੍ਹਾ ਨਾ ਦੇਣੀ, ਉਹਨੂੰ ਬਲਕਿ ਸਿਖਾਉਣਾ ਨਹੀਂ, ਇਹ ਹੈ। ਦੂਜੇ ਪਾਸੇ ਇਨਸਿਕਿਉਰਿਟੀ ਇਹ ਵੀ ਹੈ ਫੈਕਟਰ ਕਿ ਰਹਿੰਦਾ। ਜੇ ਹਾਂਜੀ ਤੁਸੀਂ ਜਨ ਹਿੱਤ 'ਚੋਂ, ਜੇ ਤੁਸੀਂ ਜਨ ਹਿੱਤ 'ਚੋਂ ਨਵਿਆਂ ਨੂੰ ਸਿਖਾਓਗੇ, ਜਗ੍ਹਾ ਦਿਓਗੇ, ਹੌਲੀ ਹੌਲੀ ਉਹਨਾਂ ਨੂੰ ਉੱਤੇ ਲੈ ਕੇ ਜਾਓਗੇ, ਤੇ ਜਾ ਕੇ ਇੱਕ ਸਟੇਜ 'ਤੇ ਉਹਨਾਂ ਨੂੰ ਕਹੋਗੇ ਲੈ ਭਾਈ ਤੁਸੀਂ ਸਾਂਭੋ, ਹੁਣ ਤੁਸੀਂ ਚਲਾਓ। ਜਿਵੇਂ ਜੇ ਕੋਈ ਲਾੜੇ ਦਾ ਲੜਕੇ ਦਾ ਵਿਆਹ ਹੋ ਰਿਹਾ, ਲੜਕੀ ਦਾ ਵਿਆਹ ਹੋ ਰਿਹਾ, ਤਾਂ ਜੀ ਮਾਂ ਬਾਪ ਨੱਚਦੇ ਜ਼ਿਆਦਾ ਚੰਗੇ ਲੱਗਦੇ ਨੇ, ਉਹ ਬੈਠ ਕੇ ਕੱਪੜੇ ਪਾ ਕੇ ਲੜਕੀ ਦੀ ਥਾਂ ਤੇ ਜਾਂ ਲੜਕੇ ਦੀ ਥਾਂ ਤੇ ਘੋੜੀ ਤੇ ਚੜ੍ਹਦੇ ਚੰਗੇ ਨਹੀਂ ਲੱਗਦੇ। ਚੰਗੇ ਸੋ ਨਹੀਂ ਉਹਨਾਂ ਨੂੰ ਲੱਗਦੇ, ਜਗ੍ਹਾ ਦੇਣੀ ਨਵੀਂ ਪੀੜ੍ਹੀ ਵਾਸਤੇ ਜ਼ਰੂਰੀ ਹੈ, ਉਹ ਜ਼ਰੂਰੀ ਹੈ, ਪੰਜਾਬ 'ਚ ਛੱਡੋ ਤੁਸੀਂ, ਮੁਲਕ ਦੇ ਬਹੁਤ ਸਾਰੇ ਹਿੱਸਿਆਂ 'ਚ ਨਹੀਂ ਦਿੱਤੀ ਜਾ ਰਹੀ। ਨਹੀਂ ਦਿੱਤੀ ਜਾ ਰਹੀ। ਡਾਕਟਰ ਸਾਹਿਬ ਬਹੁਤ ਸੋਹਣਾ ਐਲੈਬਰੇਟ ਕੀਤਾ, ਪਰ ਇੱਥੇ ਹੋਰ ਵੀ ਕੁਐਸਚਨ ਨੇ, ਪਰ ਮੈਨੂੰ ਇਹ ਦੱਸੋ ਅਰਵਿੰਦ ਕੇਜਰੀਵਾਲ ਸਾਹਿਬ ਆਉਂਦੇ ਨੇ ਚੰਡੀਗੜ੍ਹ,
ਪਹਿਲਾਂ ਆਉਂਦੇ ਨੇ ਤੇ ਇੱਕ ਬਹੁਤ ਵੱਡੇ ਅਫਸਰ ਨੂੰ ਸ਼ਾਮਿਲ ਕਰ ਜਾਂਦੇ ਨੇ, ਲੋਕਾਂ ਦੀਆਂ ਉਮੀਦਾਂ ਜਾਗਦੀਆਂ। ਚਲੋ ਆਪਾਂ ਦੁਆ ਕਰਦੇ ਹਾਂ ਕਿ ਖਰੇ ਉਤਰਨ। ਹੁਣ ਉਹ 'ਚ ਨਹੀਂ ਜਾਂਦੇ ਆਪਾਂ, ਇਹ 'ਚ ਜਾਂਦੇ ਹਾਂ ਡਾਕਟਰ ਸਾਹਿਬ, ਕਿ ਉਹ ਕਹਿੰਦੇ 300 ਯੂਨਿਟ ਬਿਜਲੀ ਜਿਹੜੀ ਹੈ ਉਹ ਫ੍ਰੀ ਕਰ ਦਿੱਤੀ ਜਾਊਗੀ ਹਰ ਪੰਜਾਬੀ ਨੂੰ। ਨਾ ਮੇਰਾ ਕੁਐਸਚਨ ਇਹ ਹੈ ਕਿ ਆਪਾਂ ਇਹ ਖੈਰਾਤ ਵੰਡਣ ਦੀ ਜਗ੍ਹਾ, ਖੈਰਾਤ ਬਹੁਤ ਲੋਕ ਲੋੜਵੰਦ ਹੁੰਦੇ ਨੇ, ਕੋਈ ਅਪੰਗ ਹੈ, ਕੋਈ ਬਹੁਤ ਜ਼ਿਆਦਾ ਹਾਲਾਤ ਖਰਾਬ ਹੈ, ਮੈਂ ਉੱਧਰ ਨਹੀਂ ਜਾ ਰਿਹਾ, ਜੇ ਕੋਈ ਜ਼ਰੂਰਤਮੰਦ ਹੈ ਉਹ ਤਾਂ ਆਪਣੇ ਗੁਰੂ ਘਰ ਮੰਦਰ ਵੀ ਆਪਾਂ ਦੇਖੇ ਲੰਗਰ ਲੱਗਦੇ ਹੈ, ਔਰ ਉਹ ਸਰਕਾਰ ਵੱਲੋਂ ਵੀ ਦਿੱਤੀ ਜਾਣੀ ਚਾਹੀਦੀ, ਨੋ ਪ੍ਰੋਬਲਮ। ਪਰ ਜਿਹੜਾ ਕਹਿੰਦੇ ਨਾ ਕਿ ਸਾਰੇ ਪੰਜਾਬ ਨੂੰ 300 ਯੂਨਿਟ, ਚਲੋ ਚੰਗੀ ਗੱਲ ਹੈ ਲੋਕਾਂ ਲਈ, ਠੀਕ ਹੈ, ਪਰ ਕੀ ਆਪਾਂ ਚੰਗੀ ਐਜੂਕੇਸ਼ਨ ਦੇ ਕੇ, ਕੀ ਆਪਾਂ ਚੰਗੇ ਇੰਪਲੋਇਮੈਂਟ ਦੇ ਕੇ ਉਹਨਾਂ ਨੂੰ ਇਸ ਯੋਗ ਕਰੀਏ ਕਿ ਉਹ ਬਿਜਲੀ ਦਾ ਬਿੱਲ ਪੇ ਕਰ ਸਕਣ, ਉਹ ਬੈਟਰ ਰਹੂਗਾ ਕਿ ਖਰਾਚ ਘਰੇ ਬੈਠਣ ਫ੍ਰੀ ਕਰ ਦਈਏ। ਦੇਖੋ ਗੁਰੂ ਲਾਲ ਜੀ, ਤੁਸੀਂ ਕਰਦੇ ਹੋ ਆਈਡਲ ਦੀ ਗੱਲ ਵੀ, ਜਿਹੜਾ ਹੋਣਾ ਚਾਹੀਦਾ ਜੀ ਤੇ ਹੋਣਾ ਚਾਹੀਦਾ ਵਾਲਾ ਨਹੀਂ ਹੋ ਰਿਹਾ, ਇਹ ਗੱਲ ਮੰਨਣ। ਹਕੀਕਤ ਇਹ ਹੈ ਦੇਸ਼ ਦੀ ਕਿ ਪਹਿਲਾਂ ਜਾਇਦਾਦਾਂ ਨੇ ਸ਼ੁਰੂ ਕਰਿਆ ਸੀ ਸਾੜੀਆਂ ਵੰਡਣ ਤੋਂ, ਲੋਕਾਂ ਨੂੰ ਖਰਾਇਤ ਵੰਡ ਕੇ ਲੋਕਾਂ ਨੂੰ ਪੰਗੂ ਬਣਾ ਦਿਓ, ਉਹਨਾਂ ਦੀ ਆਪਦੀ ਨਾ ਤਾਂ ਸਵੈਮਾਨ ਰਹੇ ਅਤੇ ਨਾ ਹੀ ਉਹਨਾਂ ਦੇ ਕੋਲ ਆਪਦੀ ਤਾਕਤ ਰਹੇ, ਆਰਥਿਕ ਚਾਹੇ ਸਿਆਸੀ ਚਾਹੇ ਉਹਦੀ ਮਾਨਸਿਕ ਤੌਰ 'ਤੇ ਰੂਹਾਨੀ ਤੌਰ 'ਤੇ ਕੋਈ ਤਾਕਤ ਨਾ ਰਹੇ, ਉਹਨੂੰ ਗੁਲਾਮ ਬਣਾ ਦਿਓ। ਗੁਲਾਮ ਬਣਾ ਕੇ ਫਿਰ ਉਹ ਮੰਗਤਾ ਬਣ ਜੇ ਤੁਹਾਡੇ ਕੋਲ, ਹੱਥ ਅੱਡੇ, ਉਹ ਜਿਹੜੀ ਮਾਨਸਿਕਤਾ ਇਹ ਪੈਦਾ ਕਰਤੀ ਕਿ ਮੈਂ ਦਾਤਾ ਤੇ ਤੁਸੀਂ ਮੰਗਦੇ। ਹਾਂ, ਦਾਤਾ ਜਿਹੜੀ ਹੈਗੀ ਹੈ, ਜਿਹੜਾ ਸਿਆਸਤਦਾਨ ਕਹਿੰਦਾ ਮੈਂ ਦਾਤਾ, ਜਦਕਿ ਮੈਂ ਤੁਹਾਨੂੰ ਕਿਉਂ ਕਹਿਣਾ ਇਹ ਗੱਲ, ਇਹ ਇਕੱਲੇ 300 ਬਿਜਲੀ 'ਤੇ ਆਪਾਂ ਆਉਂਦੇ ਹਾਂ, ਸਾਰੇ ਸਿਆਸਤਦਾਨਾਂ ਦੀ ਮਾਨਸਿਕਤਾ ਅਸੀਂ ਦੇ ਰਹੇ ਹਾਂ, ਅਸੀਂ ਸਿਆਸਤਦਾਨ ਦੇ ਰਹੇ, ਪ੍ਰਾਈਮ ਮਿਨਿਸਟਰ ਦੇ ਰਿਹਾ। ਆਹ ਤੁਸੀਂ 6 ਕਰੋੜ ਦੀ ਗੱਲ ਕਰਦੇ ਸੀ, ਇਹ ਤਾਂ ਉੱਥੇ ਨਾ ਕਰਿਆ ਸੀ 6 ਲੱਖ ਕਰੋੜ ਨੂੰ, ਇਹਨਾਂ ਨੇ ਸੁਪਰੀਮ ਕੋਰਟ 'ਚ ਕਿਹਾ ਅਸੀਂ ਪੈਸਾ ਨਹੀਂ ਦੇ ਸਕਦੇ, ਜਿੱਦਾਂ ਸੁਪਰੀਮ ਕੋਰਟ ਨੇ ਹੁਣ ਇਹਨਾਂ ਦੇ ਉੱਤੇ ਹੁਕਮ ਕਰਿਆ, ਹੁਕਮ ਕਰਿਆ ਜੀ ਜੀ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੂੰ ਕਿ ਤੁਸੀਂ ਇਹ ਕਰੋ। ਸੋ ਕਹਿਣ ਦਾ ਮਤਲਬ ਇਹ ਹੈ, ਇਹ ਕਹਿੰਦੇ ਮੈਂ ਦੇਤਾ, ਆਹ ਤੁਸੀਂ ਰੋਜ਼ ਨਹੀਂ ਪੜ੍ਹਦੇ, ਪ੍ਰਧਾਨ ਮੰਤਰੀ ਫਲਾਣੀ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਮੈਂ ਦੇਤਾ, ਜਿਹੜਾ ਮੈਂ ਦੇਤਾ ਵਾਲਾ ਕੰਸੈਪਟ ਹੈ। ਇਸ ਤੋਂ ਅੱਗੇ ਪਹਿਲਾਂ ਹੁੰਦਾ ਸਰਕਾਰ ਨੇ ਦਿੱਤਾ, ਅਸੀਂ ਉਸ ਪੀਰੀਅਡ 'ਚੋਂ ਲੰਘੇ ਹੋਏ ਹਾਂ ਜਿੱਥੇ ਜੀ ਸਰਕਾਰ ਨੇ ਆਹ ਚੀਜ਼ ਦਿੱਤੀ। ਉਸ ਤੋਂ ਅੱਗੇ ਆ ਗਿਆ ਵੀ ਫਿਰ ਜੀ ਮੁੱਖ ਮੰਤਰੀ ਨੇ ਦਿੱਤੀ ਜਾਂ ਫਲਾਣੀ ਪਾਰਟੀ ਨੇ ਦਿੱਤੀ, ਫਿਰ ਮੁੱਖ ਮੰਤਰੀ, ਹੁਣ ਕੀ ਹੋ ਗਿਆ, ਹੁਣ ਚੈੱਕ ਜਾ ਕੇ MLA ਬਣਦਾ ਹੈ ਵੀ ਆਹ ਦੇਖੋ ਮੈਂ ਦੇ ਰਿਹਾ ਤੁਹਾਨੂੰ। ਈਵਨ ਲੋਕਾਂ ਤੋਂ ਦਾਨ ਜਿਹੜਾ ਇਕੱਠਾ ਕਰਦੇ ਨੇ ਉਹ ਵੀ ਸਟੇਜ 'ਤੇ ਖੜਾ ਕੇ ਇੱਕ MLA ਬਣ ਰਿਹਾ। ਸੋ ਇਹ ਜਿਹੜੀ ਮਾਨਸਿਕਤਾ ਇਹ ਬਣਾਤੀ ਕਿ ਅਸੀਂ ਦਾਤੇ ਤੁਸੀਂ ਭਿਖਾਰੀ, ਇਹ ਮਾਨਸਿਕਤਾ ਕਦੇ ਸਮਾਜ ਨੂੰ ਅੱਗੇ ਨਹੀਂ ਲਿਜਾ ਸਕਦੀ, ਇਹ ਮਾੜੀ ਹੈ। ਡਾਕਟਰ ਸਾਹਿਬ ਕਰੈਕਟ ਮੀ ਇਫ ਆਮ ਰੋਂਗ, ਇਹ 'ਚ ਕਿਤੇ ਨਾ ਕਿਤੇ ਆਪਾਂ ਲੋਕ ਵੀ ਜ਼ਿੰਮੇਵਾਰ ਹੈ। ਹੁਣ ਲੇਟਲੀ ਤੁਸੀਂ ਦੇਖਿਆ ਹੋਊਗਾ, ਇਲੈਕਸ਼ਨ ਆਉਣ ਤੋਂ ਪਹਿਲਾਂ ਜੀ ਸ਼ਮਸ਼ਾਨ ਘਾਟ ਦੀ ਕੰਧ ਪੱਕੀ ਕਰਾਤੀ, ਪੱਕੀ ਸੜਕ ਬਣ ਗਈ, ਮੁਰੰਮਤ ਕਰਾਤੀ, ਪਸ਼ੂਆਂ ਦਾ ਹਸਪਤਾਲ ਖੁਲਾਤਾ, ਬੱਲੇ ਬੱਲੇ ਆਹ ਵੀ ਆਹ ਬੰਦਾ ਬਹੁਤ ਵਧੀਆ, ਬੱਲੇ ਬੱਲੇ ਉੱਥੇ ਜਿਹੜਾ ਮਾਇੰਡ ਸੈੱਟ ਹੈ ਉੱਥੇ ਆ ਗਿਆ ਕਿ ਪਿਛਲੇ 4.5 ਸਾਲ ਕੁਛ ਨਾ ਕਰੋ, ਅਗਲੀ 6 ਮਹੀਨੇ 'ਚ ਆਹ ਕੁਛ ਦੇ ਕੇ ਉਹਨਾਂ ਦੀ ਜਿਹੜੀ ਆ ਮਾਨਸਿਕ ਤੌਰ 'ਤੇ ਉਹਨਾਂ ਨੂੰ ਇੰਨਾ ਕੁ ਤਿਆਰ ਕਰ ਦਿਓ, ਮੈਂ ਤੁਹਾਨੂੰ ਆਹ ਦੇ ਦਿੱਤਾ, ਅਗਲੇ ਸਾਲ ਲਈ ਫਿਰ ਮੈਨੂੰ ਵੋਟਾਂ ਦਿਓ। ਠੀਕ ਹੈ, ਇੱਕ ਤਾਂ ਹੋ ਗਈ, ਇਸ ਗੱਲ 'ਤੇ ਕੁਛ ਠੀਕ ਹੋ, ਪਰ ਮੈਂ ਥੋੜ੍ਹਾ ਜਿਹਾ 'ਚ ਮੱਤ ਭੇਦ ਹੈ ਮੇਰਾ ਜੀ ਜੀ। ਇਹ ਲੋਕਾਂ ਨੂੰ ਵਿਕਟਿਮ ਨੂੰ ਜਿਹੜਾ ਬੰਦਾ ਸ਼ਿਕਾਰ ਬਣ ਗਿਆ ਇਹਨਾਂ ਦਾ, ਉਹਨੂੰ ਦੋਸ਼ੀ ਠਹਿਰਾਉਣਾ ਮਾਨਸਿਕਤਾ ਕੁਛ ਲੋਕਾਂ ਦੀ ਹੋ ਸਕਦੀ ਹੈ, ਲੋਕਾਂ ਦੀ ਮਾਨਸਿਕਤਾ ਨਹੀਂ ਹੈ ਇਹ। ਲੋਕ ਤਾਂ ਚਾਹੁੰਦੇ ਨੇ ਵੀ ਸਾਨੂੰ ਰੁਜ਼ਗਾਰ ਦਿੱਤਾ ਜਾਵੇ, ਪੜ੍ਹਾਈ ਹੋਵੇ, ਚੰਗੀ ਸਿਹਤ ਹੋਵੇ, ਅਤੇ ਰੁਜ਼ਗਾਰ ਸਰਕਾਰੀ ਜ਼ਰੂਰੀ ਨਹੀਂ, ਅਸੀਂ ਆਪਦਾ ਵੀ ਕਰ ਲਈਏ। ਰੁਜ਼ਗਾਰ ਇਹ ਖਤਮ ਕਰ ਰਹੇ ਨੇ, ਜਿਹੜਾ ਸਾਡਾ ਵਿਕਾਸ ਦਾ ਮੋਟੋ ਰੁਜ਼ਗਾਰ ਖਤਮ ਕਰਕੇ ਬੰਦੇ ਨੂੰ ਆਪਣਾ ਜਿਹੜਾ ਸਵੈਮਾਨ ਹੈ, ਸਵੈਮਾਨ ਨੂੰ ਚੋਟ ਮਾਰਦੇ ਨੇ। ਇਹ ਕੋਈ ਕਹੂਗਾ ਜਿਹਨੇ ਆਪਦੇ ਸਵੈਮਾਨ ਨੂੰ ਆਪੇ ਚੋਟ ਮਾਰ ਲਈ, ਉਹ ਆਪੇ ਨਹੀਂ ਮਾਰਦਾ। ਸਮਾਜ 'ਚ ਜਦ ਸਵੈਮਾਨ ਨੂੰ ਚੋਟ ਵੱਜਦੀ ਹੈ ਤਾਂ ਮੈਜੋਰਟੀ ਲੋਕ ਆਪੇ ਨਹੀਂ ਮਾਰਦੇ, ਮਿਨੋਰਟੀ ਹੁੰਦੇ ਨੇ ਜਿਹੜੇ ਆਪਦਾ ਸਵੈਮਾਨ ਵੇਚਣ ਨੂੰ ਤਿਆਰ ਹੁੰਦੇ ਨੇ। ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜੇ ਪ੍ਰਬੰਧਕ ਨੇ, ਜਿਵੇਂ ਸਾਡਾ ਜੇ ਮਰੀਜ਼ ਠੀਕ ਨਾ ਹੋਵੇ, ਕਈ ਵਾਰੀ ਕਹਿੰਦਾ ਤੁਸੀਂ ਆਏ ਲੇਟ ਸੀ, ਤੁਸੀਂ ਕੀ ਕਰੀਏ, ਤੁਸੀਂ ਇੱਥੇ ਚਾਰ ਚਾਰ ਬੈਠੇ, ਉਹਨੂੰ ਬਲੇਮ ਕਰਨਾ ਜ਼ਿੰਮੇਵਾਰੀ ਸਾਡੀ ਹੈ। ਪਹਿਲਾਂ ਇਹ ਮੰਨਣਾ ਪਊਗਾ ਵੀ ਜਿਹੜਾ ਡਾਕਟਰ ਉਹਦੀ ਜ਼ਿੰਮੇਵਾਰੀ ਹੈ ਮਰੀਜ਼ ਨੂੰ ਠੀਕ ਕਰਨਾ, ਨਾ ਕਿ ਮਰੀਜ਼ ਦੇ ਰਿਸ਼ਤੇਦਾਰਾਂ ਦੀ, ਉਹ ਸਿਰਫ ਕੋਆਪਰੇਟ ਕਰ ਸਕਦੇ ਕਿਤੇ ਨਾ ਕਿਤੇ ਸਮਾਜ ਨੂੰ ਚਲਾਉਣ ਵਾਸਤੇ। ਮੈਂ ਇਹ ਕਹਿ ਰਿਹਾ ਡਾਕਟਰ ਸਾਹਿਬ, ਮਜਬੂਰੀਆਂ ਇਹ ਹੋ ਜਾਂਦੀਆਂ ਕਿ ਚਲੋ ਆਪਣੇ ਪਿੰਡ 'ਚ ਆਹ ਚੀਜ਼ਾਂ ਨਹੀਂ ਸੀ, ਜਾਂਦੇ ਚੋਰ ਦੀ ਤੜਾਕੀ ਸੀ, ਮੈਂ ਇੱਕ ਕਹਾਵਤ ਦੇ ਰਿਹਾ, ਮੈਂ ਕਿਸੇ ਚੋਰ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਸੀ ਵੀ ਚਲ ਜੋ ਕੁਛ ਦਿੰਦੇ ਉਹੀ ਲੈ ਲਓ, ਜੋ ਕੁਛ ਦਿੰਦੇ ਆ ਉਹੀ ਲੈ ਲਓ, ਬਾਅਦ 'ਚ ਵੋਟਾਂ ਦੇਖ ਲਾਂਗੇ। ਕੁਛ ਮਜਬੂਰੀਆਂ ਵੀ ਇਹ ਹੋ ਜਾਂਦੀਆਂ ਕਿ ਨਹੀਂ? ਨਹੀਂ, ਮੈਂ ਆ ਰਿਹਾ ਉਸ 'ਤੇ ਵੀ, ਉਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਵੀ ਇਹ ਲੋਕਾਂ ਦੀ ਮਾਨਸਿਕਤਾ, ਨਾ ਨਾ ਬਿਲਕੁਲ ਨਹੀਂ, ਕਿਵੇਂ ਹੈ ਥੋੜ੍ਹਾ ਜਿਹਾ ਆਪਾਂ ਇਹਨੂੰ ਐਨਾਲਿਸਿਸ ਜੇ ਕਰਾਂਗੇ ਨਾ, ਕੀ ਹੈ ਤੁਸੀਂ ਕੁਛ ਨਹੀਂ ਦੇ ਰਹੇ 4.5 ਸਾਲ। ਉਹ ਕਹਿੰਦੇ ਯਾਰ ਹੁਣ ਚੋਣਾਂ ਨੇ, ਹੁਣ ਇਹ ਫਸੇ ਹੋਏ ਨੇ,
ये सानू फसा के रखते हैं। हुण इन्हां नूं कहो भी इत्थे साडे गलियां पक्कियां करो, इत्थे साडे स्कूल बनाओ, इत्थे साडे आप धूरी दे विच, मेरा अपनी कॉन्स्टिट्यूएंसी है जी, धूरी दे विच चोण होनी सी 22 इलैक्शन, अकाली दल का कैंडीडेट खड़ा सी, जितया भी। वह साढ़े पिंड दे विच पिछले कुन्नी सालों तो जिहड़ा सब तो उच्चा स्कूल सी, पहले रॉयल मिडल स्कूल होंदे जिथे 18 स्कूल इम्तिहान देने आउंदे सी, वो सारे आले दुआले सीनियर सैकंडरी बन गए। साढ़े पिंड बनाया नहीं सी, साढ़े पिंड की वोट हैगी काफ़ी ज़्यादा, 2000 के लागे। उन्होंने खड़े होकर सरपंच ने कहता जी जे स्कूल सीनियर सैकंडरी बनाओगे तो वोट पावे ने असी तो सारा पिंड नहीं पाते। तो बादल साहब ने उच्ची अनाउंस करता भी ये बन गया जी सीनियर सैकंडरी स्कूल, ये बन भी गया। हाँ जी, हाँ सो जी। कहने का मतलब है भी जिहड़ी लोग उदो मंग करते हैं उदो मजबूरी च करते हैं भी हुण तुसीं हुण तां करना नहीं कुछ जी 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 ते हुण आ दिओ। पर उदो अगे हौली हौली समाजिक मंगा तो जिवें तुसीं शमशान घाट बना दो, आ बना दो, सांझियां मंग जी तो आके अगे व्यक्तिगत घट हुंदे सी, हुण व्यक्तिगत दे उत्ते ज्यादा ही 300 यूनिट आ गई। एक गल तो हैगी है समाज जिहड़े कमजोर ने किसी भी कारण करके, डॉक्टर साहब एक कालर जुड़ गया, आप 300 यूनिटा ते आने, एक कालर जुड़ गए, लै लिए आप जी। तुसी ऑन हो, बहुत बहुत स्वागत जी, तुहाडा जस पंजाबी ते कौन साहब बोल रहे हो? हाँ जी, अपने गुरलाल जी, मैं करमजीत बोलता। हाँ जी, सर कैलिफोर्निया तो। पहला तो सत श्रीकाल डॉक्टर सर जी नू जी जी जी, मेरा उन्होंने तक एक सवाल है जी। हाँ जी, सुन दे आहो। हाँ जी बिल्कुल सुन रहे जी। गंद अपने नाल कुछ साथी जोड़ के चेंज लियाउण जी। जी 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 जी, बहुत चंगी गल कमलजीत सिंह जी तुसीं कीती, बहुत बहुत धन्नवाद तुहाडा कॉल करन दा जी। हैलो जी, ਤੁਸੀਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਆਪਣੇ ਨਾਲ ਕਾਲਰ ਬਹੁਤ ਜ਼ਿਆਦਾ ਜੁੜ ਗਏ, ਤੁਸੀਂ ਗੱਲ ਕਰ ਰਹੇ ਸੀ 300 ਯੂਨਿਟਸ ਤੇ ਹੋਣੇ। ਹਾਂਜੀ ਹਾਂਜੀ, ਸੋ ਮੈਂ ਜਿਹੜੀ ਗੱਲ ਸੀਗੀ ਵੀ 300 ਯੂਨਿਟ ਦਾ ਜਿੱਥੋਂ ਤੱਕ ਸਵਾਲ ਹੈ, ਇਹ ਆਲਰੇਡੀ 200 ਯੂਨਿਟ ਦਿੱਤੀ ਜਾ ਰਹੀ ਸੀ ਜੀ ਜੀ ਜੀ, ਐਸਸੀ ਨੂੰ, ਬੀਸੀ ਨੂੰ ਤੇ ਬੀਪੀਐਲ ਫੈਮਿਲੀ ਨੂੰ ਜੀ। ਕਾਂਗਰਸ ਸਰਕਾਰ ਨੇ ਹੋਰ ਬੜੀਆਂ ਮਾੜੀਆਂ ਗੱਲਾਂ ਕਰੀਆਂ ਨੇ, ਕੰਮ ਨਹੀਂ ਕਰੇ, ਪਰ ਉਹਨਾਂ ਨੇ ਇੱਕ ਅਸੀਂ ਕਹਿੰਦਾ ਡਿਫਰੈਂਸ਼ੀਅਲ ਸਬਸਿਡੀ, ਜਿਹੜੀ ਤੁਸੀਂ ਵੀ ਗੁਰੂ ਦਾਸ ਜੀ ਆਪਣੇ ਵਾਸਤੇ ਕਿਹਾ ਵੀ ਜਿਹੜਾ ਲੋੜਵੰਦ ਹੈ ਜੀ ਜੀ, ਉਹਨੂੰ ਤਾਂ ਕੋਈ ਮਦਦ ਦੇਣੀ ਹੁੰਦੀ ਹੈ। ਇਹਨਾਂ ਨੇ ਲੋੜਵੰਦ ਵਾਲੀ ਮਦਦ ਦੀਆਂ ਦੋ ਗੱਲਾਂ ਕਰੀਆਂ, ਇੱਕ ਤਾਂ ਵੀ ਕਿਸਾਨਾਂ ਦਾ ਕਰਜ਼ਾ ਅਸੀਂ 5 ਏਕੜ ਤੱਕ ਮਾਫ਼ ਕਰਾਂਗੇ ਜੀ ਜੀ, ਦੂਜਾ ਅਸੀਂ ਬਿਜਲੀ ਤੇ ਇਹਨਾਂ ਨੂੰ ਦੇਵਾਂਗੇ। ਸੋ ਉਹਦੇ ਵਿੱਚ ਡਿਫਰੈਂਸ਼ੀਅਲ ਸਬਸਿਡੀ ਦੀ ਗੱਲ ਕਰੀ ਹੈ, ਪਰ ਹਰੇਕ ਨੂੰ ਦੇਣੀ, ਜਿਵੇਂ ਪਹਿਲਾਂ ਬਾਦਲ ਸਾਹਿਬ ਨੇ ਹਰੇਕ ਨੂੰ ਬਿਜਲੀ ਮਾਫ਼ ਕੀਤੀ, ਵਾਲ ਨੂੰ 100-100 ਟਿਊਬਵੈਲ ਹੈ ਜਿਹਨਾਂ ਦੇ ਉਹਨੂੰ ਵੀ ਮਾਫ਼ ਜੀ, ਜਿਹੜੇ ਬਿਜਲੀ ਟਿਊਬਵੈਲ ਇਹਨਾਂ ਦੇ ਆਪਦੇ ਨੇ ਉਹਨੂੰ ਵੀ ਮਾਫ਼, ਜਿਹੜੀ ਬਿਜਲੀ ਖੇਤੀ ਦੀ ਮਾਫ਼ ਕਰੀ ਸੀ ਤਕਰੀਬਨ 7,000 ਕਰੋੜ ਦਾ ਉਹਦਾ ਸਬਸਿਡੀ ਬਣਦੀ ਹੈ ਜੀ ਜੀ, ਉਹ ਜਿਹੜੀ ਹੈ ਉਹ ਨਜਾਇਜ਼ ਸੀ ਮੈਂ ਕਹਾਂਗਾ। ਜਿਹਦੇ ਕੋਲ ਇੰਨੀ ਵੱਡੀ ਆਮਦਨ ਉਹਨੂੰ ਮੁਫ਼ਤ ਕਿਉਂ ਜੀ, ਉਹਦੀ ਖੇਤੀ ਦਾ ਫਸਲ ਦਾ ਭਾਅ ਠੀਕ ਦੇ ਦਿਉ, ਤੁਸੀਂ ਉਹਨੂੰ ਖਾਦ ਸਸਤੀ ਦਿਓ, ਵੈਸੇ ਜਿਹੜੇ ਊਂ ਹੀ ਭਾਅ ਵਧਾਈ ਜਾਂਦੇ ਹੋ ਤੁਸੀਂ ਉਹਨੂੰ ਡੀਜ਼ਲ ਦੇ ਉੱਤੇ, ਪੈਟਰੋਲ ਦੇ ਉੱਤੇ, ਤੁਹਾਨੂੰ ਤਾਂ ਜ਼ਰੂਰ ਪਤਾ ਹੋਏਗਾ 58 ਰੁਪਈਏ ਪ੍ਰਤੀ ਲੀਟਰ ਅਸੀਂ ਟੈਕਸ ਦੇ ਰਹੇ ਹਾਂ ਜੀ। ਉਸ 58 ਤੋਂ ਤਕਰੀਬਨ 40 ਰੁਪਏ ਜਿਹੜੇ ਨੇ ਕੇਂਦਰ ਸਰਕਾਰ ਦੇ ਨੇ, 18 ਰੁਪਏ ਸੂਬਾ ਸਰਕਾਰਾਂ ਦੇ, ਸੂਬਾ ਸਰਕਾਰਾਂ ਦੇ ਜੀ 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 ਹਾਂ। ਅਤੇ ਜਿਹੜਾ 52 ਰੁਪਈਆ 42 ਰੁਪਏ ਸਾਨੂੰ ਨਾ 52 ਰੁਪਏ ਸੋਰੀ 52 ਰੁਪਏ ਪੈਣਾ ਚਾਹੀਦਾ 28% ਟੈਕਸ ਲਾ ਕੇ, ਅਦਰਵਾਈਜ਼ ਉਹ 40 ਰੁਪਏ ਪੈਂਦਾ। ਜਿਹੜਾ 40 ਰੁਪਏ ਪੈਟਰੋਲ ਸੋਧ ਕੇ ਪੈਂਦਾ ਹੈ ਡੀਜ਼ਲ, ਉਹ ਅਸੀਂ ਵੇਚ ਰਹੇ 100 ਰੁਪਏ 100 ਰੁਪਏ ਵੇਚ ਰਹੇ ਹਾਂ 98 ਰੁਪਏ 100। ਸੋ ਜੇ ਤੁਸੀਂ ਉਧਰੋਂ ਇਕੱਠਾ ਕਰਕੇ, ਹੁਣ ਡੀਜ਼ਲ ਤਾਂ ਹਰੇਕ ਬੰਦਾ ਵਰਤਦਾ ਹੈ ਜੀ, ਤੁਸੀਂ ਬਿਜਲੀ ਮੁਫ਼ਤ ਦੇ ਕੇ ਕੀ ਕਰੋਗੇ? ਤੁਸੀਂ ਡੀਜ਼ਲ ਤਾਂ ਉਹਦਾ ਮਹਿੰਗਾ ਕਰੀ ਜਾਂਦੇ ਹੋ, ਉਦੋਂ ਜ਼ਿਆਦਾ ਉਹਦੇ ਕੱਪੜੇ ਲਾ ਲੈਂਦੇ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਜੀ। ਵੀ ਜਿਵੇਂ ਅਸੀਂ ਨਾ, ਉਹ ਆਮ ਤੌਰ 'ਤੇ ਦੁਕਾਨਦਾਰ ਕੀ ਕਰਦਾ, ਜਵਾਕ ਨੂੰ ਰੂੰਗਾ ਦੇ ਦਿੰਦਾ ਸੀ, ਉਹ ਰੂੰਗੇ ਦੇਣ 'ਚ ਉਹਦੀ ਜਿਹੜੀ ਜਿਨਸ ਦਾ ਭਾਅ ਘੱਟ ਲਾ ਜਾਂਦਾ ਸੀ। ਸੋ ਜਿਹੜਾ ਇਹ ਦਿਖਾਵਾ ਗਲਤ ਹੈ, ਲੋਕਾਂ ਨੂੰ ਸਵਾਵਲੰਬੀ ਬਣਾਓ। ਪਰ ਕਿਉਂਕਿ ਅੱਜ 300 ਯੂਨਿਟ ਤੁਸੀਂ ਜੀ ਜੀ ਮੈਂ ਸੁਣ ਰਿਹਾ ਜੀ, ਕਿਉਂਕਿ ਅੱਜ ਇਹ ਸੀਗਾ ਵੀ ਜੇ ਤੁਸੀਂ ਕਾਸਟ ਬੇਸ ਤੇ ਸਬਸਿਡੀ ਦੇਣੀ ਸ਼ੁਰੂ ਕਰੋਗੇ ਜੀ, SC ਜਾਂ ਬੈਕਵਰਡ ਕਲਾਸ ਕਹਿ ਕੇ, ਉਹਨਾਂ 'ਚ ਵੀ ਅਮੀਰ ਹੈਗੇ ਨੇ ਜੀ ਜੀ, ਜੇ ਉੱਚੀਆਂ ਜਾਤਾਂ 'ਚ ਗਰੀਬ ਹੈਗੇ ਨੇ, ਜਿਹੜੀਆਂ ਇਹ ਪੈਸੇ ਦੀਆਂ ਸਬਸਿਡੀਆਂ ਨੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਕੋਈ ਕਾਸਟ ਬੇਸ ਜਾਂ ਰਿਲੀਜਨ ਬੇਸ ਜਾਂ ਰੀਜਨ ਬੇਸ ਦੇਣੀ ਚਾਹੀਦੀ ਹੈ। ਉਹਦੇ ਵਿੱਚ ਇੱਕ ਯੂਨੀਫਾਰਮਿਟੀ ਜ਼ਰੂਰ ਚਾਹੀਦੀ ਹੈ, ਉਹ 'ਚ ਇੱਕ ਇਕਨੋਮਿਕ ਲਿਮਿਟ ਲਾਉਣੀ ਜ਼ਰੂਰੀ ਹੈ ਜੀ, ਵੀ ਜਿਹਦੀ ਆਮਦਨ ਇਦੋਂ ਵੱਧ ਹੈ, ਜਿਹੜਾ ਇਨਕਮ ਟੈਕਸ ਪਈ ਆਪਾਂ ਮੰਨ ਲਓ, ਜੇ ਉਹਨੂੰ ਪਾਈਏ ਸਬਸਿਡੀ ਨਹੀਂ ਮਿਲੇਗੀ। ਸੋ ਜਿੰਨਾ ਚਿਰ ਤੁਸੀਂ ਸਬਸਿਡੀਜ਼ ਨੂੰ ਮਨੁੱਖਤਾ ਦੇ ਉੱਤੇ ਲਾਉਣ ਦੀ ਬਜਾਏ ਵਿਅਕਤੀ ਜਾਤਾਂ 'ਤੇ ਲਾਓਗੇ, ਧਰਮਾਂ 'ਤੇ ਲਾਓਗੇ, ਉਹਨਾਂ 'ਚ ਔਖਾ ਹੋਊਗਾ।
जी 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 ते जी वो सारिया सारिया पार्टियां अज बीजेपी ने कल जो किसान हमला कराया वो बड़मीकियां तो करवाया चलो उत्ते आप आ रहे हैं डॉक्टर साहब, अपन एक छोटी जी ब्रेक लैके आप उत्ते भी आ रहे हैं। दर्शकों साढ़े बने होने मानयोग डॉक्टर प्यारे लाल गर्ग, बहुत सारिया कॉल आ रही ने, मैं कोशिश करूँगा हरेक कॉल में लैन की। अपन रुकना पर एक छोटी जी ब्रेक लिए बने रहो जस पंजाबी। स्वागत जी तुहाडा सारयां दा फेयर प्रोग्राम ओपन प्लेटफॉर्म जस पंजाबी दे मंच तो। अपने नाल जुड़े हुए माणयोग डॉक्टर प्यारे लाल गर्ग। डॉक्टर साहब अपने नाल बहुत ज़्यादा कॉलां जुड़ गईयां, एक बार वो लैके तो आप अगे वधदे हां। जी बहुत बहुत स्वागत जी तुहाडा जस पंजाबी ते प्रोग्राम ओपन प्लेट। कौन सा बोल रहे हो? सत श्री अकाल जी, कुलवंत गिल बोल रहा हूं सैक्रामेंटो कैलिफोर्निया तों। जी जी गिल साहब बहुत बहुत स्वागत तुहाडा साडे प्रोग्राम च। डॉक्टर प्यारे लाल गर्ग अपने नाल बने हुए ने। हाँ जी डॉक्टर साहब ना गल कर सकते हैं? हाँ जी वो सुन रहे हैं जी, सुन रहे। डॉक्टर साहब कुलवंत गिल जी, सानू 45 साल हो गए अमेरिका चार सीधे अपने पंजाबी जी कहते हैं चार देखी पे हूँ। साडे मामा जी डॉक्टर PhD सी इतने आए थे 1968 के जी। मतलब ये है भी असी पता नहीं लोगों का तो कह नहीं सकते, जो हालात हो चुके हैं उदो बड़े वधिया हालात होंगे सी जी। जो असि आए हाँ तो वर पानी सारा कुछ बिजली बड़ी 24 घंटे चलती होंगी सी, मतलब कहने भी दिनों दिन इन्ना हालात खराब हो रहे हैं जिहड़ा साडे कल्चर दे जां साडे सभ्या दे जां मतलब किसी तरह के भी हर तरह ही गरीब गरीब हो ही जाता, धनी जरा धनी हो ही जाता, गरीबों की कोई बात नहीं। जिनी एजुकेशन का बेड़ा कर करता इन्होंने लोगों ने, सॉरी मेरे शब्द बोलने पेंदे है भी जेडे बंदे पढ़े लिखे थोड़े वर्गे डॉक्टर PhD आ जां होर आ वह रोड़ा से टैंकियां जड़े बैठे आ तो यह आराम से सिर से कोई असर नहीं। मैनू समझ नहीं आता भी इस कंट्रियां ने कंपेयर करके एक कितने इंडिया 500 साल पिछे फिरती है जो किमें रल सकती है इन्हों की बेईमानी। मैं एक बारी पिछे जे गया 8 साल पहला वो बड़े बड़े अफसर मेरे ना बैठे सी GCR वगैरह, वो कहते जी इंडिया जी 50 साल पिछे रह गया होना। मैंने कहते गल साहब भी थोड़ा की विचार है जी जी। फिर आप सीधा ही खिलाया तो मैं कहा भी मैनू लगता भी इंडिया हजे 500 साल पिछे है अमेरिका ना जी 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 जी। कहते जी कंप्यूटर आ गए लैपटॉप आ गए, मैं कहा लैपटॉप आ गए कंप्यूटर तो उ पर उस प्रोग्राम जेडे चलाना वो तो इंडिया ना है तो उ है ना जी 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 जी। गिल साहब बहुत बहुत धन्यवाद तुम कॉल की, अपने कॉल होर बहुत ने, बहुत धन्यवाद तुम कॉल की। ठीक है जी, ठीक है जी, मेहरबानी मेहरबानी जी। कौन साहब बोल रहे तुसी ओने रहो जी? हाँ जी डॉक्टर साहब ते राज हरण प्यार परी सत श्री अकाल। सत श्री अकाल जी, सत श्री अकाल पाल सिंह जी। मैं डॉक्टर गर्ग साहब नु तो मैं बहुत इन्हां दा फैन आ जी जी, क्योंकि जदों भी जस पंजाबी दे आंदे ने ये अपने व्यूज दे नाल बहुत ही सोझे व्यूज हर सब्जेक्ट ते पेश करदे ने जी जी। पहले डॉक्टर साहब मैं एक पूछना चाहांगा, तुसी पॉलिटिकल एनालिस्ट हो, ਡਾਕਟਰੀ ਤੁਸੀਂ ਜਿਹੜੀ ਕਿੱਥੇ ਜਾਂ ਡਾਕਟਰ ਸ਼ਬਦ ਆ ਆਈ ਓ ਮੈਡੀਕਲ ਡਾਕਟਰ ਜਾਂ ਕਿਸ ਚੀਜ਼ ਚ ਤੁਸੀਂ ਸਪੈਸ਼ਲਾਈਜ਼ੇਸ਼ਨ ਕੀਤੀ ਹੋਈ ਹੈ? ਦੱਸਣਗੇ ਜੀ ਵੈਸੇ। ਹਾਂਜੀ ਐਵੇਂ ਰਿਟਾਇਰਡ ਹੋ ਚੁੱਕੇ ਨੇ ਸਰ। ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਜਿਹੜੀ ਦੂਜੀ ਗੱਲ ਜਿਹੜਾ ਮੈਂ ਜਿਹੜਾ ਇਹ ਸਰ ਸਾਡਾ ਹੀ ਚੱਲ ਰਿਹਾ ਇੰਡੀਆ ਦੇ ਵਿੱਚ ਖਾਸ ਇਹ ਸੋਸ਼ਲਿਜ਼ਮ ਹੈ, ਇਹ ਸੋਸ਼ਲਿਜ਼ਮ ਦੇ ਨਾਂ ਤੇ ਜਿਹੜੀ ਲੁੱਟ ਹੈ ਇਹ ਪਾਈ ਜਾ ਰਹੀ ਹੈ, ਕਦੋਂ ਤੱਕ ਚੱਲੇਗੀ? ਇਹ ਜਿਹੜਾ ਪੈਰਾਡਾਮਿਕ ਰਿਹਾ ਸਾਰਾ ਕੁਛ ਗੌਰਮੈਂਟ ਨੇ ਆਪਣੇ ਐਕਸਪੈਂਸਿਸ ਤੇ ਕੋਈ ਘਟਾਇਆ ਨਹੀਂ ਜੀ। ਉਹਨਾਂ ਨੇ ਕਿਸੇ ਨੇ ਜਿੰਨੇ ਵੀ ਜਿੰਨੇ ਮਿਨਿਸਟਰ ਸਾਰਾ ਇਹਨਾਂ ਨੇ ਆਪਣੇ ਕੋਈ ਕੀਤਾ ਨਹੀਂ ਘਟਾਏ, ਨਾ ਹੀ ਇਹਨਾਂ ਨੇ ਆਪਣੀ ਤਨਖਾਹਾਂ ਘਟਾਈਆਂ ਨਾ ਬੰਦ ਕੀਤੀਆਂ ਲੋਕਾਂ ਨੂੰ ਏਡ ਕਰਨ ਵਾਸਤੇ ਜੀ ਜੀ। ਤੁਸੀਂ ਜਿਵੇਂ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਵੀ ਸੁਪਰੀਮ ਕੋਰਟ ਨੇ ਉਹਨਾਂ ਦਾ ਆਰਡਰ ਕੀਤਾ ਤੇ ਕਿਵੇਂ ਤਾਂ ਕਿੱਥੇ ਤੱਕ ਇਹ ਲੁੱਟ ਚੱਲੇਗੀ? ਜੇ ਹੁਣ ਕੇਜਰੀਵਾਲ ਇਹਨਾਂ ਨੇ ਜਿਹੜਾ ਕਰ ਰਿਹਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਰ ਰਹੀ ਹੈ ਜਿਹੜੀ ਸੋਸ਼ਲਿਸਟ ਕੰਟਰੀ ਹੈ ਇਹ ਕਿਉਂ ਨਹੀਂ ਮੋਦੀ ਸਾਹਿਬ ਆਪਣਾ ਵੀ ਜਿਹੜਾ ਹੈਗਾ ਪਾਰਲੀਮੈਂਟ ਹਾਊਸ ਵੀ ਆਪਣਾ, ਪ੍ਰਾਈਮ ਮਿਨਿਸਟਰ ਹਾਊਸ ਵੀ, ਵਾਈਸ ਪ੍ਰੈਜ਼ੀਡੈਂਟ ਹਾਊਸ ਵੀ, ਉਹ ਤੇ ਐਸੈਂਸ਼ੀਅਲ ਕੋਦੇ ਚ ਕਰ ਦਿੱਤਾ ਜੀ ਜੀ ਜੀ। ਆਮ ਆਦਮੀ ਦੀ ਕੀ ਹਾਲਤ ਹੈ ਜੀ ਜੀ? ਸੁਣੋ, ਥੈਂਕ ਯੂ ਪਾਲ ਸਿੰਘ ਜੀ।
ਜੀ ਤੁਸੀਂ ਆਉਂਦੇ ਰਹੋ ਕੌਣ ਸਾਹਿਬ ਡਾਕਟਰ ਅਮਰੀਕ ਸਿੰਘ ਜੀ ਪੰਨੂ ਕੀ ਹਾਲ ਹੈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜਸ ਪੰਜਾਬੀ ਦੇ ਮੰਚ ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੀ ਗੱਲ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੋ ਤੁਸੀਂ ਪਹਿਲਾਂ ਲੈ ਕੇ ਆਇਆ ਸੀ ਆਪਣੇ ਡਾਕਟਰ ਬਾਜਵਾ ਨੂੰ ਜੀ 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 ਤੇ ਅੱਜ ਤੁਸੀਂ ਡਾਕਟਰ ਗਰਗ ਨੂੰ ਲੈ ਕੇ ਆਏ ਜੇ ਇਹਨਾਂ ਦੀਆਂ ਜਿਸ ਤਰੀਕੇ ਨਾਲ ਮੈਂ ਗੱਲਾਂ ਸੁਣ ਲਈਆਂ ਇਟਸ ਮਾਰਵਲਸ ਇਹਨਾਂ ਦਾ ਜਿਹੜੀ ਇਹਨਾਂ ਕੀਤੀ ਇਹਨਾਂ ਨੇ ਨਿੱਜ ਹਿੱਤ ਤੇ ਜਨ ਹਿੱਤ ਦੀ ਵਿਖਿਆਨ ਕੀਤੀ ਆ ਇਟਸ ਵੰਡਰਫੁਲ ਇਹ ਆਸ ਕਰਦੇ ਹਾਂ ਵੀ ਜੇ ਇਹੋ ਜਿਹੇ ਲਾਈਕ ਮਾਇੰਡਡ ਹੋਰ ਬੰਦੇ ਇਕੱਠੇ ਹੋਣ ਸ਼ਾਇਦ ਪੰਜਾਬ ਦਾ ਕੋਈ ਬਣ ਸਕੇ ਜੀ 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 ਬਹੁਤ ਬਹੁਤ ਵੈਲਕਮ ਤੇ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਹੋ ਇਹਨਾਂ ਰੋ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਤੇ ਜੀ ਸਾਡੇ ਬਹੁਤ ਹੀ ਸਤਿਕਾਰਤ ਡਾਕਟਰ ਪਿਆਰੇ ਲਾਲ ਜੀ ਗਰਗ ਹੁਣਾਂ ਨੂੰ ਮੈਂ ਦੋ ਸਵਾਲਾਂ ਦੇ ਉੱਤੇ ਇਹਨਾਂ ਦੇ ਵਿਚਾਰ ਜਾਣਨੇ ਚਾਹਾਂਗਾ ਜੀ ਜੀ ਇੱਕ ਤਾਂ ਪੰਜਾਬ ਦੇ ਵਿੱਚ ਨੇਤਾ ਲੋਕ ਲੁਭਾਊ ਵਾਅਦੇ ਕਰ ਰਹੇ ਨੇ ਜਿਵੇਂ 300 ਯੂਨਿਟ ਫ੍ਰੀ ਕਰ ਦਿਆਂਗੇ ਜੀ 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 ਪਰ ਸਾਡੀਆਂ ਸਮੱਸਿਆਵਾਂ ਪੰਜਾਬ ਦੀਆਂ ਇਹ ਆ ਕਿ ਜਿਹੜੀ ਸਾਡੀ ਇਹ ਪਾਵਰ ਕਾਰਪੋਰੇਸ਼ਨ ਹੈ ਜਿਹਨੇ ਨੇ ਲੋਕਾਂ ਦੇ ਘਰਾਂ 'ਚ ਦੀਵੇ ਜਗਾਉਣੇ ਆ ਆਰਥਿਕ ਪੱਖੋਂ ਇਹਨੂੰ ਵੀ ਤਾਂ ਚੱਕਣ ਦੀ ਲੋੜ ਹੈ ਸਾਡੇ ਟੀਚਰਾਂ ਨੂੰ ਤਨਖਾਹ ਦੇਣ ਦੀ ਲੋੜ ਹੈ ਸਾਡੇ ਡਾਕਟਰਾਂ ਨੂੰ ਮੁਲਾਜ਼ਮਾਂ ਦੇ ਨਵੇਂ ਸਕੇਲ ਦੇਣ ਦੀ ਲੋੜ ਹੈ ਪੜ੍ਹਾਈ ਦਾ ਪੱਧਰ ਸਾਡੇ ਸਿੱਖਿਆ ਦਾ ਪੱਧਰ ਸਾਡੀ ਹੈਲਥ ਸਰਵਿਸਿਸ ਦਾ ਪੱਧਰ ਚੁੱਕਣ ਦੀ ਲੋੜ ਹੈ ਜੇ ਅਸੀਂ ਇਹ ਲੋਲੀਪੋਪ ਦੇ ਸਿਰ 'ਤੇ ਜੇ ਗੌਰਮੈਂਟ ਆਪਣੇ ਰੈਵਨਿਊ ਵੱਲ ਧਿਆਨ ਦੇਵੇ ਤਾਂ ਚੰਗੀ ਗੱਲ ਹੈ ਡਾਕਟਰ ਸਾਹਿਬ ਇਹਦੇ ਬਾਰੇ ਕੀ ਕਹਿਣਗੇ ਦੂਸਰਾ ਸਵਾਲ ਮੇਰਾ ਇਹ ਆ ਜੀ ਕਿ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਜਿਹੜੇ ਪਿਛਲੇ 7-8 ਮਹੀਨਿਆਂ ਤੋਂ ਆਪਣਾ ਤਰਲਾ ਕੱਢ ਰਹੇ ਨੇ ਸਤੇ ਬੈਠੇ ਨੇ ਬੜੇ ਦੁਖੀ ਬੈਠੇ ਨੇ ਗਰਮੀ ਸਰਦੀ ਦੇ ਵਿੱਚ ਉਹਨਾਂ ਦੇ ਲਾਗੇ ਬੀਜੇਪੀ ਵਾਲਿਆਂ ਨੇ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਇਹ ਇੱਕ ਭਰਾ ਪਹਿਲਾਂ ਹੀ ਬਹੁਤ ਸੜਿਆ ਬੈਠਾ ਹੈ ਆਕੜਿਆ ਬੈਠਾ ਵਿਚਾਰਾ ਦੁਖੀ ਬੈਠਾ ਉਹਦੇ ਲਾਗੇ ਦੂਜਾ ਭਰਾ ਕੋਈ ਇਹੋ ਜਿਹੀ ਗੱਲ ਕਰੇ ਤਾਂ ਭਾਰਤ ਦਾ ਨੈਸ਼ਨਲ ਲੈਵਲ ਦੇ ਸੁਹਾਰਦ ਖਤਮ ਹੁੰਦਾ ਹੈ ਆਪਸ 'ਚ ਵਖਰੇਵੇਂ ਵੱਧਦੇ ਨੇ ਇਹ ਤੋਂ ਬਚਣਾ ਚਾਹੀਦਾ ਡਾਕਟਰ ਸਾਹਿਬ ਕੀ ਖਿਆਲ ਰੱਖਦੇ ਨੇ ਇਸ ਬਾਰੇ ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਸੁਣੋ ਆਨਸਰ ਸੁਣੋ ਜੀ ਜੀ ਡਾਕਟਰ ਸਾਹਿਬ ਜੀ ਹਾਂਜੀ ਇੱਕ ਤਾਂ ਪਹਿਲੇ ਕਾਲਰ ਜੀ ਨੇ ਜਿਹੜਾ ਕਿਹਾ ਸੀ ਮੈਂ MBBS MS MCH ਸੁਪਰ ਸਪੈਸ਼ਲਿਸਟ ਹਾਂ ਜੀ ਜੀ ਮੈਂ PhD ਵਾਲਾ ਡਾਕਟਰ ਨਹੀਂ ਆਯੁਰਵੇਦ ਨਹੀਂ ਐਲੋਪੈਥੀ ਤਾਂ ਜੀ ਪ੍ਰੋਫੈਸਰ ਰਿਟਾਇਰ ਹੋਇਆ ਮੈਡੀਕਲ ਕੋਲ ਜੀ ਜੀ ਦੂਜਾ ਜਿਹੜਾ ਸਵਾਲ ਸੀਗਾ ਕਿ ਅਸੀਂ ਤਨਖਾਹਾਂ ਦਈਏ ਅਤੇ ਅਸੀਂ ਐਜੂਕੇਸ਼ਨ ਨੂੰ ਉੱਚਾ ਚੱਕੀਏ ਅਤੇ ਐਜੂਕੇਸ਼ਨ ਹੀ ਇਹਦੇ ਵਿੱਚ ਐਜੂਕੇਸ਼ਨ 'ਚ ਸ਼ਾਇਦ ਪਤਾ ਨਹੀਂ ਸਾਡੇ ਕਾਡਰ ਨੂੰ ਗਿਆਨ ਮੈਂ ਸੂਚਨਾ ਦੇਣਾ ਚਾਹੁੰਦਾ ਪੰਜਾਬ ਦੇ ਵਿੱਚ ਟੀਚਰਾਂ ਦੀ ਸਭ ਤੋਂ ਜ਼ਿਆਦਾ ਤਨਖਾਹ ਹੈ ਪੂਰੇ ਮੁਲਕ ਨਾਲੋਂ ਜੀ ਜੀ ਅਤੇ ਦੂਜੀ ਗੱਲ ਇਹ ਹੈ ਕਿ ਟੀਚਰ ਬੱਚਿਆਂ ਦੇ ਗਿਣਤੀ ਦੇ ਮੁਤਾਬਕ ਪ੍ਰਾਇਮਰੀ ਦੇ ਵਿੱਚ 30 ਬੱਚਿਆਂ ਵਾਸਤੇ ਇੱਕ ਟੀਚਰ ਚਾਹੀਦਾ ਸਾਡੇ ਕੋਲ 16 ਬੱਚਿਆਂ ਵਾਸਤੇ ਇੱਕ ਟੀਚਰ ਹੈ ਜੀ ਜੀ ਨਾ ਸੋਰੀ 20 ਬੱਚਿਆਂ ਵਾਸਤੇ ਅਤੇ ਮਿਡਲ ਅਤੇ ਹਾਈ ਅਤੇ ਸੀਨੀਅਰ ਸੈਕੰਡਰੀ 'ਚ 40 ਬੱਚਿਆਂ ਵਾਸਤੇ ਇੱਕ ਟੀਚਰ ਚਾਹੀਦਾ ਸਾਡੇ ਕੋਲ ਸਮਝ ਲਓ ਵੀ ਇਹ 24 ਬੱਚਿਆਂ ਵਾਸਤੇ 16 ਬੱਚਿਆਂ ਵਾਸਤੇ ਅਤੇ 18 ਬੱਚਿਆਂ ਵਾਸਤੇ ਟੀਚਰ ਹੈ ਸੋ ਟੀਚਰਾਂ ਦੀ ਗਿਣਤੀ ਕੋਈ ਘੱਟ ਨਹੀਂ ਪਰ ਡਿਪਲਾਇਮੈਂਟ ਦਾ ਹਾਲ ਇਹ ਵੀ ਇੱਕ ਜਗ੍ਹਾ 'ਤੇ ਬੱਚੇ 4 ਨੇ ਟੀਚਰ 3 ਨੇ ਅਤੇ ਇੱਕ ਜਗ੍ਹਾ 'ਤੇ ਬੱਚਾ 200 ਟੀਚਰ 1 ਵੀ ਨਹੀਂ ਜਾਂ 1 ਹੈ ਸੋ ਇਹ ਸਾਡੇ ਜਿਹੜੇ ਸਿਸਟਮ ਹੈ ਉਹਦੇ ਟੀਚਰ ਕੁਆਲੀਫਾਈਡ ਬਹੁਤ ਨੇ ਅਤੇ ਇਹ ਨਹੀਂ ਹੈ ਕਿ ਟੀਚਰ ਹੈ ਨਹੀਂ ਟੀਚਰਾਂ ਦੀ ਡਿਪਲਾਇਮੈਂਟ ਘੱਟ ਹੈ ਅਤੇ ਸਰਕਾਰੀ ਸਕੂਲਾਂ ਸਿਰਫ 22.5 ਲੱਖ ਬੱਚਾ ਪੜ੍ਹਦਾ ਜਦਕਿ ਪ੍ਰਾਈਵੇਟ 'ਚ 37.5 ਲੱਖ ਪੜ੍ਹਦਾ ਹੈ ਪ੍ਰਾਈਵੇਟ ਵਾਲੇ ਨੂੰ ਤਨਖਾਹ ਮਿਨੀਮਮ ਵੇਜ ਵੀ ਨਹੀਂ ਦਿੱਤੀ ਜਾ ਰਹੀ ਉਹਦੇ 'ਤੇ ਅਸੀਂ ਕੋਈ ਨਹੀਂ ਬੋਲਦਾ ਕਿਉਂਕਿ ਉਹ ਵਿਚਾਰੇ ਬੋਲ ਨਹੀਂ ਸਕਦੇ ਸੋ ਸਾਨੂੰ ਉਹ ਅਗੇਨ ਮੈਂ ਇਹ ਕਹਾਂਗਾ ਵੀ ਜੇ ਸਰਕਾਰ 'ਚ 2.5 ਲੱਖ ਰੁਪਇਆ ਤਨਖਾਹ ਮਿਲਣੀ ਹੈ ਅਤੇ ਦੂਜੇ ਪਾਸੇ 7,000 ਮਿਲਣੀ ਹੈ ਕਿ ਗੈਪ ਖਤਮ ਕਰਨਾ ਪਏਗਾ ਸਰਕਾਰ ਖੁਦ ਠੇਕੇ 'ਤੇ ਰੱਖ ਕੇ 5-7,000 ਰੁਪਇਆ ਨੌਜਵਾਨ ਨੂੰ ਦੇ ਰਹੀ ਹੈ ਮੇਰੇ ਵਰਗੇ ਬੁੱਢੇ ਨੂੰ 1,00,000 ਰੁਪਇਆ ਪਿਛਲੇ ਸਾਲ 'ਚ ਮੇਰੀ ਪੈਨਸ਼ਨ ਵੱਧ ਗਈ ਅਤੇ ਮੈਨੂੰ ਦੱਸੋ ਮੇਰੇ 'ਤੇ ਹੋਰ ਚਮ ਚੜਾਉਣ ਦੀ ਕੀ ਲੋੜ ਆ ਜਿਹੜਾ ਨੌਜਵਾਨ ਲੜਕਾ ਲੜਕੀ ਤੁਸੀਂ 5,000 'ਤੇ ਮੁੰਜ ਕੁੱਟ ਰਹੇ ਹੋ ਯਾਰ ਉਹਦਾ 10,000 ਕਰ ਦਿਓ ਜੇ ਪੈਸੇ ਹੈਗੇ ਨੇ ਹਾਂਜੀ ਸੋ ਇਹ ਡਿਫਰੈਂਸ਼ੀਅਲ ਸਬਸਿਡੀ ਦੇ ਉੱਤੇ ਜਿਹੜੀ ਮੈਂ ਗੱਲ ਕਹਿਣਾ ਸਾਨੂੰ ਸੋਚਣਾ ਪਊ ਰੈਵਨਿਊ ਜਾ ਕਿੱਧਰ ਨੂੰ ਰਿਹਾ ਰੈਵਨਿਊ ਜਾ ਕਿੱਧਰ ਨੂੰ ਰਿਹਾ ਜਿੱਦਾਂ ਤੁਸੀਂ ਕਿਹਾ ਬੜੀ ਆਨੈਸਟ ਬੜੀ ਇਮਾਨਦਾਰੀ ਨਾਲ ਤੁਸੀਂ ਕਿਹਾ ਕਿ ਤੁਹਾਡੀ ਰਿਟਾਇਰਮੈਂਟ ਵੱਧ ਗਈ ਚਲੋ ਠੀਕ ਹੈ ਪਰ ਤੁਹਾਡੀਆਂ ਵੀ ਜ਼ਰੂਰਤਾਂ ਹੋਣਗੀਆਂ ਤੁਸੀਂ ਇੰਨੀ ਵੱਡੀ ਸੇਵਾ ਦਿੱਤੀ ਹੈ ਪਰ ਉਹ ਇੰਨਾ ਜ਼ਰੂਰਤਾਂ ਨਹੀਂ ਹੁੰਦੀਆਂ ਨਹੀਂ ਕੋਈ ਢਿਲਮਟ ਹੋਏ ਚਲੋ ਆਪਾਂ ਮੰਨਦੇ ਪਰ ਇੰਨਾ ਵਾਧਾ ਕਰਨ ਦੀ ਬਜਾਏ ਉਹ ਜਿਹੜਾ ਮੁੰਡਾ ਅਤੇ ਕੁੜੀ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਪਟਿਆਲੇ 'ਤੇ ਇੱਕ ਮੁੰਡਾ ਪਤਾ ਨਹੀਂ ਕਿੰਨੀ ਕੁ ਪੜ੍ਹਾਈ ਕਰਕੇ ਟਾਵਰ 'ਤੇ ਬੈਠਾ ਹੋਰ ਕਈ ਜਗ੍ਹਾ 'ਤੇ ਜਿਹੜੇ ਸਰਕਾਰੀ ਨੌਕਰੀ ਵਾਸਤੇ ਬੈਠਾ ਹੈ
ਤਾਂ ਦੇ ਦੋ ਨੌਕਰੀ ਗੁਰੂ ਨਾਨਕ ਦੀ। ਨਹੀਂ ਨਹੀਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਦੇਖੋ ਇੱਕ ਗੱਲ ਇਹ ਬੁੜੀ ਲੱਗੇਗੀ, ਕੌੜੀ ਲੱਗੇਗੀ ਜੀ ਜੀ, ਬੜਾ ਸੌਖਾ ਕਹਿਣਾ ਵੀ ਉੱਥੇ ਟੈਂਕੀ ਤੇ ਬੈਠਾ ਜੀ, ਟੈਂਕੀ ਤੇ ਹਰੇਕ ਚੜ੍ਹ ਨੂੰ ਤਿਆਰ ਹੈ, ਲੋਕ ਕਤਲ ਨਹੀਂ ਕਰ ਦਿੰਦੇ। ਜਦ ਉਹਨੂੰ ਪਤਾ ਮੈਨੂੰ 3 ਸਾਲਾਂ ਬਾਅਦ ਲੱਖ ਰੁਪਈਆ ਤਨਖਾਹ ਦਾ ਮਿਲਣਾ, ਉਹ ਸ਼ਹੀਦ ਉਹਨੂੰ ਤਿਆਰ ਹੈ, ਪ੍ਰਾਈਵੇਟ ਸਕੂਲ ਜਿੱਥੇ ਆਪਦੇ ਬੱਚੇ ਪੜ੍ਹਾਉਂਦਾ ਉੱਥੇ ਟੀਚਰ ਨੂੰ 5,000 ਮਿਲਦਾ, 7,000 ਮਿਲਦਾ, ਅਸੀਂ ਡਿਫਰੈਂਸ਼ੀਅਲ ਬੋਲਣਾ ਪਊਗਾ। ਪੰਜਾਬ ਦੇ ਵਿੱਚ ਪਿਛਲੇ ਸਾਲ 81,000 ਕਰੋੜ ਰੁਪਇਆ ਇਕੱਠਾ ਹੋਇਆ ਰੈਵਨਿਊ ਦਾ ਜੀ ਜੀ ਜੀ, ਉਹ ਚੋਂ 40,000 ਕਰੋੜ ਰੁਪਇਆ ਇਕੱਲੇ ਮੁਲਾਜ਼ਮਾਂ ਨੂੰ ਤਨਖਾਹ ਤੇ ਪੈਨਸ਼ਨਾਂ 'ਚ ਗਿਆ ਹੈ। ਸਿਰਫ 4 ਲੱਖ ਪਰਿਵਾਰ ਹੈ ਉਹਨਾਂ ਦਾ ਜਿਹਨਾਂ ਨੂੰ ਗਿਆ ਹੈ, 56 ਲੱਖ ਪਰਿਵਾਰ 'ਚੋਂ 4 ਲੱਖ ਪਰਿਵਾਰ ਨੂੰ ਤੁਸੀਂ ਅੱਧਾ ਰੈਵਨਿਊ ਦੇ ਤਾ, ਅਤੇ ਤੁਸੀਂ ਇਨਸਾਫ਼ ਦੀ ਗੱਲ ਹੈ, ਇਹ ਤੁਹਾਨੂੰ ਸੋਚਣਾ ਪਏਗਾ। ਨਵਿਆਂ ਨੂੰ ਨੌਕਰੀ ਦਿਓ, ਨਵਿਆਂ ਨੂੰ ਥੋੜ੍ਹੇ ਆਨਰੇਬਲ ਵੇਚ ਦਿਓ, ਦੂਜੇ ਪਾਸੇ ਥੋੜ੍ਹੇ ਘਟਾ ਲਓ, ਠੀਕ ਹੈ ਜੀ 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 ਜੀ। ਪ੍ਰਾਈਵੇਟ ਦੀ ਮਿਨੀਮਮ ਵੇਜ ਜਿਹੜੀ ਹੈ ਉਹ ਲਾਗੂ ਕਰੋ, ਪ੍ਰਾਈਵੇਟ 'ਚ ਵੀ ਘੱਟੋ ਘੱਟ ਜਿਹੜੀ ਤੁਸੀਂ ਕਾਨੂੰਨੀ ਰੱਖੀ ਹੋਈ ਹੈ, ਚਾਹੇ ਤੁਸੀਂ ਸਰਕਾਰ ਚਲਾਉਂਦੇ ਹੋ ਬੰਦੇ ਨੂੰ, ਚਾਹੇ ਪ੍ਰਾਈਵੇਟ ਚਲਾਉਂਦੇ ਹੋ, ਘੱਟੋ ਘੱਟ ਉਜਰਤ ਮਿਲਣੀ ਚਾਹੀਦੀ, ਰੋਟੀ ਦਾ ਗੁਜ਼ਾਰਾ ਹੋਵੇ ਉਹਦਾ ਜੀ ਜੀ। ਸਾਨੂੰ ਇਹ ਗੱਲ ਕਰਨੀ ਪੈਗੀ, ਜੇ ਨਹੀਂ ਕਰਾਂਗੇ ਤਾਂ ਅਸੀਂ ਮੁੜ ਕੇ ਉਸੇ ਬੈਂਡ ਬੈਗਨ 'ਚ ਆ ਰਿਹਾ ਜੀ ਜੀ ਜੀ। ਡਾਕਟਰ ਸਾਹਿਬ ਛੋਟੀ ਜਿਹੀ ਲਾਸਟ ਬ੍ਰੇਕ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਵਾਈਂਡ ਅਪ ਕਰਾਂਗੇ। ਡਸਕੋ ਸਾਡੇ ਨਾਲ ਬਣੇ ਹੋਏ ਮਾਨਯੋਗ ਡਾਕਟਰ ਪਿਆਰੇ ਲਾਲ ਗਰਗ, ਬਹੁਤ ਕਾਲਾਂ ਆ ਰਹੀਆਂ, ਕੋਸ਼ਿਸ਼ ਕਰਾਂਗੇ ਆਪਾਂ ਸਾਰਿਆਂ ਨੂੰ ਅਟੈਂਡ ਕਰਨ ਦੀ, ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਹਨਾਂ ਨੂੰ ਫਿਰ ਲੈ ਕੇ ਆਊਂਗਾ, 1-2 ਹਫ਼ਤਿਆਂ ਤਾਈਂ ਆਪਾਂ ਫਿਰ ਸੈਸ਼ਨ ਲਾਵਾਂਗੇ। ਬਹੁਤ ਸੋਹਣੇ ਵਿਚਾਰ ਨੇ, ਤਾਂ ਆਪਾਂ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਆਪਣੇ ਨਾਲ ਬਣੇ ਹੋਏ ਮਾਨਯੋਗ ਡਾਕਟਰ ਪਿਆਰੇ ਲਾਲ ਗਰਗ। ਡਾਕਟਰ ਸਾਹਿਬ, ਇੱਕ ਦਰਸ਼ਕ ਦਾ ਸਵਾਲ ਸੀਗਾ ਕਿ ਤੁਹਾਡੇ ਵਰਗੇ ਬੁੱਧੀਜੀਵੀ ਲੋਕ ਕਿਉਂ ਨਹੀਂ ਅੱਗੇ ਆਉਂਦੇ, ਇਲੈਕਸ਼ਨ ਕਿਉਂ ਨਹੀਂ ਲੜਦੇ, ਉਹਦਾ ਵੀ ਆਂਸਰ ਦਿਓ, ਤਾਂ ਆਪਣੇ ਨਾਲ ਕਾਲਰ ਵੀ ਬਣੇ, ਅਤੇ ਟੋਟਲ ਮਿੰਟ ਆਪਣੇ ਕੋਲ 7-8 ਨੇ, ਤੁਸੀਂ ਵਾਈਂਡ ਅਪ ਕਰੋ 7-8 ਮਿੰਟਾਂ ਦੇ ਜੀ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ, ਡਾਕਟਰ ਬਾਜਵਾ ਤੁਸੀਂ ਓਨ ਏਅਰ ਹੋ, ਡਾਕਟਰ ਪਿਆਰੇ ਲਾਲ ਗਰਗ ਆਪਣੇ ਨਾਲ ਬਣੇ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਗੁਰਲਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਔਰ ਸਤਿ ਸ਼੍ਰੀ ਅਕਾਲ ਡਾਕਟਰ ਪਿਆਰੇ ਲਾਲ ਜੀ। ਮੇਰੇ 2-4 ਕੁਐਸਚਨ ਹੈਗੇ ਆ, ਮੈਂ ਡਾਕਟਰ ਸਾਹਿਬ ਨਾਲ ਸ਼ੇਅਰ ਕਰੂੰਗਾ ਜੀ ਜੀ। ਪਹਿਲਾਂ ਤਾਂ ਮੇਰਾ ਇਹ ਹੈ ਕਿ ਦੇਖੋ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਅਸੀਂ 40-39 ਕਰੋੜ ਲੋਕ ਸੀਗੇ, ਔਰ ਜਦੋਂ 78 ਤੱਕ ਜਦੋਂ ਅਸੀਂ ਇੰਡੀਆ ਛੱਡਿਆ ਉਦੋਂ ਇੰਡੀਆ ਕੋਈ 56-58 ਕਰੋੜ ਸੀ। ਤੇ ਡਾਕਟਰ ਸਾਹਿਬ ਦਾ ਮੈਂ ਇੱਕ ਪੁਆਇੰਟ ਪੜ੍ਹਿਆ, ਇਹਨਾਂ ਨੇ ਕਿਹਾ ਕਿ ਸੋਚਣ ਦੀ ਲੋੜ ਹੈ ਜੀ, ਇਹ ਬੜਾ ਇਹਨਾਂ ਦਾ ਚੰਗਾ ਪੁਆਇੰਟ ਹੈ, ਇਹ ਬਹੁਤ ਅੱਛਾ ਪੁਆਇੰਟ ਹੈ, ਹੁਣ ਸੋਚਣ ਦੀ ਇਹ ਲੋੜ ਹੈ। ਇੱਕ ਵਾਰੀ ਅਸੀਂ ਉਦੋਂ ਬੱਸ ਜਿਹੜੀ ਸੀ ਉਹ ਮਿਸ ਕਰ ਗਏ ਜੀ, ਕਿਉਂਕਿ ਜਦੋਂ 70s 78 ਦੇ ਲਾਗੇ 2-3 ਇਹੋ ਜਿਹੇ ਇਵੈਂਟ ਸੀਗੇ, ਇੱਕ ਐਮਰਜੈਂਸੀ ਔਰ ਇੱਕ ਫੈਮਿਲੀ ਪਲੈਨਿੰਗ। ਫੈਮਿਲੀ ਪਲੈਨਿੰਗ ਦਾ ਪਹਿਲਾਂ ਵੀ ਚੱਲਿਆ ਆ ਰਿਹਾ ਸੀ, ਉਹ ਅਸੀਂ ਮਿਸ ਕਰ ਦਿੱਤਾ। ਉਹਦਾ ਅੱਜ ਨਤੀਜਾ ਇਹ ਆ ਕਿ ਅਸੀਂ 2.5 ਗੁਣਾ ਪਾਪੂਲੇਸ਼ਨ ਇੰਡੀਆ ਦੀ ਹੋ ਗਈ, ਚਲੋ ਠੀਕ ਹੈ ਕੋਈ ਗੱਲ ਨਹੀਂ, ਪਰ ਇਹ ਜਿਹੜੀਆਂ ਸਕਸੈਸਿਵ ਗੌਰਮੈਂਟ ਸੀਗੀਆਂ 78 ਤੋਂ ਬਾਅਦ, ਜਿਹੜੇ ਲੋਕ ਪਹਿਲਾਂ ਲੜਦੇ ਸੀਗੇ ਬਈ ਇਹ ਪਾਪੂਲੇਸ਼ਨ ਕੰਟਰੋਲ ਫੈਮਿਲੀ ਪਲੈਨਿੰਗ ਨਹੀਂ ਹੋਣੀ ਚਾਹੀਦੀ, ਫਿਰ ਇਹਨਾਂ ਨੇ ਕੀ ਸੋਚਿਆ ਔਰ ਇਹਨਾਂ ਨੇ ਕਿਆ ਕਰਿਆ। ਹੁਣ ਮੈਂ ਅੱਗੇ ਆਉਣ ਲੱਗਿਆ ਡਾਕਟਰ ਸਾਹਿਬ ਨੂੰ, ਇਹਨਾਂ ਨੇ ਇੱਕ ਕੁਐਸਚਨ ਲਿਆਂਦਾ, ਤੁਸੀਂ ਵੀ ਪਹਿਲਾਂ ਕੀਤਾ ਵੀ ਲੋਕਾਂ ਨੂੰ ਅਸੀਂ ਆਟਾ ਦਾਲ ਸਕੀਮ ਦੇ ਰਹੇ ਹਾਂ, ਇਹ ਕਰ ਰਹੇ। ਮੈਂ ਇਹ ਇੱਕ ਕਹਿਣਾ ਚਾਹੁੰਦਾ ਕਿ ਜਿਹੜੀ ਮਨਰੇਗਾ ਸਕੀਮ ਸੀਗੀ, ਅਗਰ ਅਸੀਂ ਉਹਨੂੰ ਪ੍ਰੋਪਰਲੀ ਲਾ ਲਈਏ, ਜਿਹੜੇ ਅਸੀਂ ਉਹਦੇ 'ਚ ਫੰਡ ਮਿੱਥੇ ਸੀਗੇ ਅਸੀਂ ਉਹ ਲੋਕਾਂ ਨੂੰ ਦਿੰਦੇ ਰਹੀਏ, ਉਹ ਆਟਾ ਦਾਲ ਸਕੀਮ ਨਾਲੋਂ ਕਿਤੇ ਜ਼ਿਆਦਾ ਹੈ। ਮੇਰਾ ਕਹਿਣ ਦਾ ਇਹ ਭਾਵ ਹੈ ਕਿ ਉੱਥੇ 100 ਦਿਨ ਦੇ ਪਹਿਲਾਂ ਦਿਹਾੜੀਆਂ ਮੰਨੀਆਂ ਸੀਗੇ ਔਰ ਉਹਦੀ ਇੱਕ ਦਿਹਾੜੀ ਦੀ ਜਿਹੜੀ ਕੀਮਤ ਸੀਗੀ ਉਹ 375 ਰੁਪਈਏ ਸੀ, ਜਿਹੜੀ ਕਿ ਅਸੀਂ 60-68-100 ਰੁਪਈਏ ਤੋਂ ਘੱਟ ਦਿੰਦੇ ਹਾਂ, ਔਰ 100 ਤੋਂ ਫਿਰ 200 ਦੇ ਹੋਏ ਆਪਣੇ ਰੈਜੋਲੂਸ਼ਨ ਪਾਸ, ਉੱਧਰ ਕੋਈ ਜਾਂਦਾ ਨਹੀਂ। ਔਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਉਹ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਲੱਗਿਆ ਸੀਗਾ ਉਹਦੇ ਵਿੱਚ ਜਿਹੜੀ ਪ੍ਰਾਈਸ ਰੱਖੀ ਗਈ, ਉਹਨੂੰ ਮੈਂ ਹਾਲੇ ਵੀ ਸਮਝਦਾ ਕਿ ਉਹਨੂੰ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਨਾਲ ਲਾ ਕੇ ਉਹਦੇ ਵਿੱਚ ਵੀ ਥੋੜ੍ਹਾ ਵਾਧਾ ਹੋਣਾ ਚਾਹੀਦਾ। ਔਰ ਜਿਵੇਂ ਗੁਰਲਾਲ ਜੀ ਤੁਸੀਂ ਪਹਿਲਾਂ ਕਿਹਾ, ਇਹ ਜਿਹੜੇ ਲੋਕ ਹੈ ਜਿੰਨਾ ਚਿਰ ਇਹਨਾਂ ਨੂੰ ਸਕਿੱਲਸ ਨਹੀਂ ਦਿਓਗੇ, ਜਿੰਨੇ ਇਹਨਾਂ ਕੋਈ ਟ੍ਰੇਨਿੰਗ ਨਹੀਂ ਦਿਓਗੇ, ਇਹਨਾਂ ਨੂੰ ਮਿਨੀਮਮ ਨਹੀਂ ਪੜਾਓਗੇ, ਇਹਦਾ ਹੋਰ ਕੋਈ ਸਲਿਊਸ਼ਨ ਨਹੀਂ ਹੈ, ਇਹ ਰੋਟੀ ਪਾਣੀ ਖਾਣਾ ਇੰਡੀਆ 'ਚ ਬਹੁਤ ਮੁਸ਼ਕਲ ਹੋ ਜਾਏਗਾ। ਥੈਂਕ ਯੂ ਜੀ। ਥੈਂਕ ਯੂ ਬਾਜਵਾ ਸਾਹਿਬ, ਸੁਣੋ ਜੀ ਜਵਾਬ ਜੀ ਡਾਕਟਰ ਸਾਹਿਬ। ਹਾਂਜੀ, ਇੱਕ ਤਾਂ ਇਹ ਆ ਵੀ ਮੈਂ ਇਹ ਸਮਝਦਾ ਕਿ ਮੈਨੂੰ ਬੜੀ ਔਫਰਸ ਵੀ ਹੋਈਆਂ ਨੇ, ਹੁਣ ਇਸ ਉਮਰ 'ਚ ਆ ਕੇ ਕੋਈ ਜੋਬ ਕਰਨਾ ਜਾਂ ਕੋਈ ਪੋਲੀਟਿਕਸ ਜਾਣਾ, ਇਹ ਕੋਈ ਕੁਛ ਬੰਦਿਆਂ ਨੂੰ ਛੱਡਣਾ ਪਏਗਾ, ਜੇ ਮੈਂ ਕਹਿਣਾ ਬਾਕੀਆਂ ਨੂੰ ਛੱਡਣਾ ਚਾਹੀਦਾ, ਨਾ ਕਰਨੀ ਪਏਗੀ ਕਿ ਯੰਗਸਟਰ ਨੂੰ ਜਗ੍ਹਾ ਦਿਓ,
ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਜਾਂ ਜਿਹੜਾ ਗਲਤ ਕਰੂ ਉਹਦੇ ਚੁੰਡੀ ਵੱਢਾਂਗੇ ਵੀ ਤੂੰ ਗਲਤ ਕਰ ਰਿਹਾ ਭਾਈ। ਜੀ 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 ਸੋ ਤਿਆਗ ਕਰਕੇ ਆਪਣਾ ਵੀ ਚਾਹੇ ਰੋਟੀ ਮਿਲੇ ਨਾ ਮਿਲੇ ਦੋ ਰੋਟੀਆਂ ਆਪਦੀਆਂ ਬੰਨ ਕੇ ਨਾਲ ਲਿਜਾਈ ਦੀਆਂ ਨੇ ਵੀ ਬਿਲਕੁਲ ਚੁੰਡੀ ਵੱਢਣੋਂ ਨਹੀਂ ਹਟਣਾ ਜਿੰਨਾ ਮਰਜ਼ੀ ਹੈ ਕਿਉਂਕਿ ਤੁਹਾਨੂੰ ਸਿੱਧੇ ਰਸਤੇ 'ਤੇ ਰੱਖਣਾ ਇਹ ਸਾਡੀ ਡਿਊਟੀ ਹੈ। ਅਸੀਂ ਉਹ ਡਿਊਟੀ ਨਿਭਾ ਰਹੇ ਹਾਂ ਔਰ ਕਈ ਮੀਟਿੰਗਾਂ ਮੂਟਿੰਗਾਂ ਕਰਦੇ ਰਹਿੰਦੇ ਹਾਂ ਕਈਆਂ ਨਾਲ ਰਿਟਾਇਰੀਆਂ ਨਾਲ ਹੋਰਾਂ ਨਾਲ ਮਿਲ ਕੇ ਵੀ ਆਪਾਂ ਇਹਨੂੰ ਕਿਵੇਂ ਸਿੱਧੇ ਰੱਖਣ ਵਾਸਤੇ ਕਿਵੇਂ। ਦੂਜਾ ਸਵਾਲ ਜਿਹੜਾ ਇਹਨਾਂ ਦਾ ਸੀ ਇਹ ਕੋਈ ਸ਼ੱਕ ਨਹੀਂ ਆ ਵੀ ਮਨਰੇਗਾ 'ਚ ਦਿਹਾੜੀ ਮਿਲਣੀ ਚਾਹੀਦੀ 240 ਰੁਪਏ ਦਿਹਾੜੀ ਹੈ ਅਤੇ 24,000 ਰੁਪਏ ਨਾਲ 16,000 ਰੁਪਇਆ ਮਿਲਦਾ ਹੈ। ਮਟੀਰੀਅਲ ਕੋਸਟ ਦਾ ਵੀ ਬਹੁਤ ਫਰਕ ਪੈਣਾ ਸੀ, GST ਦੀ ਆਮਦਨ ਵੀ ਹੋਣੀ ਸੀ ਉਹਦੇ 'ਚੋਂ, ਪਰ ਇਹ ਸਰਕਾਰ ਨੇ ਕਰਿਆ ਨਹੀਂ, ਗਲਤ ਕਰਿਆ, ਇਹ ਗੱਲ ਠੀਕ ਹੈ, ਮੈਂ ਸਹਿਮਤ ਹਾਂ। ਪਰ ਜਿੱਥੋਂ ਤੱਕ ਸਵਾਲ ਹੈ ਵੀ ਤੁਸੀਂ ਫੂਡ ਨੂੰ ਪ੍ਰਾਈਸ ਇੰਡੈਕਸ ਆ ਫੂਡ ਸਿਕਿਉਰਿਟੀ ਐਕਟ ਦੇ ਅੰਡਰ ਇਹ ਜਿਹਦੇ ਨਾਲ ਮਰਜ਼ੀ ਜੋੜਦੇ ਨਾ, ਅਸਲ 'ਚ ਕਿਸਾਨਾਂ 'ਤੇ ਡਿਮਾਂਡ 'ਚ ਪਾ ਰਹੀ ਹੈ ਸਰਕਾਰ। ਕਿਸਾਨਾਂ ਦੀ ਫਸਲ ਦਾ MSP ਤਾਂ ਹੀ ਠੀਕ ਜਾਇਜ਼ ਦੇ ਰਹੀ, ਕਾਰਖਾਨੇਦਾਰ ਦੀ ਹਰੇਕ ਚੀਜ਼ ਦੇ ਰਹੀ ਹੈ। ਜਿਹੜਾ ਪਾਣੀ ਹੈ, ਪਾਣੀ ਦੀ ਬੋਤਲ 20 ਰੁਪਏ ਦੀ ਵਿਕਦੀ ਹੈ ਅਤੇ ਦੁੱਧ ਵੀ 20 ਰੁਪਏ ਦਾ ਵਿਕਦਾ ਕਿਉਂਕਿ ਉਹ ਕਾਰਖਾਨੇਦਾਰ ਤਿਆਰ ਕਰ ਰਿਹਾ ਬੋਤਲ। ਸੋ ਇਸ ਕਰਕੇ ਜੇ ਸਰਕਾਰ ਕਿਸਾਨਾਂ ਨੂੰ ਠੀਕ, ਮਜ਼ਦੂਰ ਨੂੰ ਠੀਕ ਦਿਹਾੜੀ ਦੇਵੇਗੀ, ਆਮਦਨ ਤਾਂ ਉਹਦੇ ਸਪਿਨ ਆਫ ਨੇ, ਉਨੀ ਆਮਦਨ ਵਧੇਗੀ, ਉਨੇ ਲੋਕ ਸਵਾਲ। ਅਗਲੀ ਗੱਲ ਦੇ ਉੱਤੇ ਮੈਂ ਸਹਿਮਤ ਹਾਂ ਵੀ ਲੋਕਾਂ ਨੂੰ ਪੜ੍ਹਾਓ, ਟੈਕਨੀਕਲੀ ਸਾਊਂਡ ਵੀ ਕਰੋ, ਪਰ ਨਾਲ ਦੀ ਨਾਲ ਜੋਬ ਕ੍ਰੀਏਟ ਕਰੋ। ਜੇ ਜੋਬ ਨਹੀਂ ਕ੍ਰੀਏਟ ਕਰਨਾ, ਪੜ੍ਹਾ ਲਿਖਾ ਕੇ ਟੈਕਨੀਕਲ ਟ੍ਰੇਨਿੰਗ ਦੇ ਕੇ ਵੀ ਉਹਨਾਂ ਨੇ ਵਿਹਲੇ ਫਿਰਨਾ ਅਤੇ ਕਹਿਣਾ ਪਕੌੜੇ ਤਲ ਲਓ, ਫਿਰ ਸ਼ਾਇਦ ਅਸੀਂ ਨਹੀਂ ਤਰੱਕੀ ਕਰ ਸਕਾਂਗੇ। ਵੱਧ ਤੋਂ ਵੱਧ ਜੋਬ ਕ੍ਰੀਏਟ ਹੋ ਸਕਦੇ ਨੇ, ਉਹ ਜਾਣ ਬੁੱਝ ਕੇ ਸਾਡੀ ਸਟੇਟ ਕ੍ਰੀਏਟ ਕਰਨੀ। ਉਹਦਾ ਕਾਰਨ ਕੀ ਹੋਊਗਾ ਡਾਕਟਰ ਸਾਹਿਬ? ਕਾਰਨ ਉਹਦਾ ਇਹ ਹੈ ਕਿ ਲੋਕਾਂ ਨੂੰ, ਜਿਹੜੇ ਲੋਕ ਜੋਬ ਕਰਨਗੇ ਆਪਦੀ ਆਮਦਨ ਕਰਕੇ ਰੋਟੀ ਖਾਣਗੇ, ਉਸ ਅੱਖ 'ਚ ਅੱਖ ਪਾ ਕੇ ਗੱਲ ਵੀ ਕਰਨਗੇ ਸਰਕਾਰ ਨਾਲ। ਸਰਕਾਰ ਇਹ ਚਾਹੁੰਦੀ ਹੈ ਵੀ ਲੋਕ ਸਾਡੇ 'ਤੇ, ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਇਹੀ ਚਾਹੁੰਦੇ ਨੇ, ਸਾਡੇ 'ਤੇ ਡਿਪੈਂਡੈਂਟ ਰਹੋ, ਸਾਡੇ ਕੋਲ ਆਓ, ਅਸੀਂ ਤੁਹਾਡੇ ਮਸੀਹਾ। ਉਹ ਕਹਿੰਦੇ ਸਾਡਾ ਮਸੀਹਾ ਦਾ ਜਿਹੜਾ ਤਖੱਲਸ ਹੈ ਉਹ ਖਤਮ ਹੋ ਜਾਏਗਾ ਜੇ ਲੋਕ ਖੜੇ ਹੋ ਕੇ ਬਾਬਰ ਕੇ ਬੋਲਣ ਲੱਗ ਗਿਆ। ਕਿਸਾਨਾਂ ਨੇ ਹੋਰ ਕੀ ਕਰਿਆ? ਕਿਸਾਨਾਂ ਤੋਂ ਸਰਕਾਰ ਤਾਂ ਹੀ ਦੁਖੀ ਹੈ ਜੇ ਤਾਂ ਬਾਬਰ ਕੇ ਬੋਲਣ ਲੱਗੇ। ਜੀ 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 ਅਤੇ ਜਿੱਦਾਂ ਉਹ ਪੰਨੂ ਸਾਹਿਬ ਨੇ ਵੀ ਸਵਾਲ ਕੀਤਾ ਸੀ, ਮੇਰਾ ਵੀ ਸੀ, ਜਿਹੜਾ ਗਾਜ਼ੀਪੁਰ ਬਾਰਡਰ 'ਤੇ ਉਹ ਜਿਹੜਾ ਜੋ ਵੀ ਹੋਇਆ ਉਹ ਕਿਤੇ ਪਰੇ ਉਰੇ ਉਹਦੀ ਕਰ ਸਕਦੇ ਸੀਗੇ ਇਹ 'ਚ ਕੋਈ? ਇਹ ਤੁਹਾਨੂੰ ਲੱਗਦਾ ਡਾਕਟਰ ਸਾਹਿਬ ਕਿ ਉਹਨਾਂ ਨੇ ਇੰਟੈਂਸ਼ਨਲੀ ਇਹ ਸਭ ਕੁਛ ਕੀਤਾ ਜਾਂ ਕੋਇੰਸੀਡੈਂਟ ਸੀ? ਨਾ ਨਾ ਨਾ, ਕੋਈ ਕੋਇੰਸੀਡੈਂਸ ਨਹੀਂ ਗੁਰੂ ਰਾਜ ਜੀ, ਮੇਰਾ ਤਾਂ ਇਹਨਾਂ ਦਾ ਪੁਰਾਣਾ ਤਜਰਬਾ ਹੈ, ਮੇਰਾ ਕੋਈ ਅੱਜ ਦਾ ਤਜਰਬਾ RSS ਨਾਲ। ਇਹ ਤਾਂ ਜਾਣ ਬੁੱਝ ਕੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਕੁਛ ਨੂੰ ਖੜੇ ਕਰ ਲੈਣਾ, ਉਹ ਕੁਛ ਦਲਿਤਾਂ ਨੂੰ ਖੜੇ ਕਰ ਲੈਣਾ, ਇੱਥੇ ਦਲਿਤਾਂ ਦੇ ਸਾਰੇ ਝਗੜੇ ਕਰੇ ਨੇ, ਉੱਥੇ ਦਲਿਤ ਗਏ ਨੇ ਉਹ ਜਾਣ ਬੁੱਝ ਕੇ ਯੂਪੀ ਅਤੇ ਉਹਦੇ 'ਚ ਹਰਿਆਣੇ ਦੇ ਵਿੱਚ ਦਲਿਤਾਂ ਨੂੰ ਦੂਜੀਆਂ ਕਮਿਊਨਿਟੀ ਦੇ ਅਗੇਂਸਟ ਪਟਕਾ ਰਹੇ ਨੇ ਜੀ। ਪਹਿਲਾਂ ਇਹਨਾਂ ਨੇ ਕੋਸ਼ਿਸ਼ ਕਰੀ ਸੀ ਜਾਟ ਵਰਸਸ ਨੌਨ ਜਾਟ ਦੀ, ਆਹ ਪੰਚਾਇਤਾਂ ਦਾ ਉਹ ਉਲਟਾ ਪੈ ਗਿਆ ਇਹਨਾਂ ਨੂੰ। ਸੋ ਇਹ ਜਾਣ ਬੁੱਝ ਕੇ ਕਰਿਆ BJP ਨੇ, ਇਹਨਾਂ ਨੂੰ ਕਟਵਾਉਂਦੀ ਹੈ BJP। ਮੈਂ ਛੋਟੀ ਜਿਹੀ ਇੱਕ ਅੱਧੇ ਮਿੰਟ ਦੀ ਐਗਜ਼ਾਮਪਲ ਦੇਵਾਂਗਾ। ਮੈਂ ਨਾਭੇ ਸੀਗਾ ਡਿਊਟੀ 'ਚ, 1978-77 ਦੀ ਗੱਲ ਹੈ, ਉੱਥੇ ਦਲਿਤ ਬੱਚੇ ਖੇਡਦੇ ਹੁੰਦੇ ਵਾਦੀ ਵਾਲ, ਇਹਨਾਂ ਨੇ ਇੱਕ ਦਿਨ ਫੈਸਲਾ ਕਰ ਲਿਆ RSS ਵਾਲ ਨੇ ਵੀ ਅਸੀਂ ਤਾਂ ਇਹਨਾਂ ਨੂੰ ਖੇਡਣ ਨਹੀਂ ਦੇਣਾ ਪਾਰਕ 'ਚ। ਇਹ ਗਏ, ਉਹ ਵਿਚਾਰੇ ਅਨਪ੍ਰੀਪੇਅਰਡ ਸੀ, ਜਿਵੇਂ ਕੱਲ੍ਹ ਕਿਸਾਨ ਅਨਪ੍ਰੀਪੇਅਰਡ ਸੀ, ਉਹਨਾਂ ਨੂੰ ਕੀ ਪਤਾ ਸੀ ਇਹਨਾਂ ਨੇ ਆ ਕੇ ਗੰਨ ਪਾਉਣਾ, ਅਤੇ ਉਹਨਾਂ ਨੇ ਜੀ ਹਮਲਾ ਕਰਤਾ ਦਲਿਤਾਂ 'ਤੇ। ਚਲੋ ਦਲਿਤ ਕੁੱਟ ਖਾ ਕੇ ਆ ਗਏ, ਪਰ ਰਸਤਾ ਮਾਜਰੀ ਦੇ ਵਿੱਚੋਂ ਦੀ ਸੀ। ਇਹ ਜਦ ਲੰਘਣ ਲੱਗੇ ਇਹਨਾਂ ਨੂੰ ਕੁੱਟਤਾ, ਮੇਰੇ ਕੋਲ ਹਸਪਤਾਲ 'ਚ ਦੋਨੇ ਧਿਰ ਆ ਗਈਆਂ। ਉਦੋਂ ਇਹਨਾਂ ਕੋਲ ਨਾ ਤਾਂ ਕੋਈ ਦਲਿਤ ਹੁੰਦਾ ਸੀ, ਨਾ ਕੋਈ ਸਰਦਾਰ ਹੁੰਦਾ ਸੀ। ਇਹਨਾਂ ਨੇ ਹਿੰਦੂਆਂ ਦੇ ਕੇਸ ਰਖਾਏ ਹੋਏ, ਉਹ ਆਏ ਹੋਏ ਅਤੇ ਉੱਥੇ ਦੋਨਾਂ ਦੇ ਸੱਟਾਂ ਲੱਗੀਆਂ। ਇੱਕ ਪਾਸੇ ਮੇਰੇ ਇੱਕ ਮੇਰੀ ਭਾਬੀ ਜੀ ਦਾ ਤਾਇਆ ਜੀ ਖੜ੍ਹੇ, ਉਹ RSS ਦੇ ਸੀਗੇ, ਦੂਜੇ ਪਾਸੇ ਭਾਬੀ ਜੀ ਦੇ ਭਰਾ ਖੜ੍ਹੇ, ਉਹ ਸੀਗੇ ਕਾਂਗਰਸ ਦੇ, ਤੀਜਾ ਮੈਂ ਖੜ੍ਹਾ। ਸੋ ਇਹ ਉੱਠਦੇ ਨੇ। ਇੱਥੇ ਅਸੀਂ ਇੱਕ ਸੈਮੀਨਾਰ ਕਰਿਆ ਸੀ ਕਿਸਾਨ ਭਵਨ ਦੇ ਵਿੱਚ ਕੋਈ 6-7 ਸਾਲ ਪਹਿਲਾਂ ਦੀ ਗੱਲ ਹੈ। ਇਹਨਾਂ ਨੇ ਉੱਤੇ ਆ ਕੇ ਹਮਲਾ ਕਰਿਆ, ਇਹਨਾਂ ਨੇ ਅੰਦਰ ਬੈਠ ਕੇ ਉਹਦੇ 'ਚ ਟੇਬਲ ਦੇ ਅੰਦਰਲੇ ਪਾਸੇ, ਉਹ ਸਾਡੇ ਉਸਨੂੰ, ਉਹ ਤਾਂ ਮੈਂ ਧੱਕਾ ਮਾਰਤਾ ਕਿਉਂਕਿ ਮੈਂ ਕੰਡਕਟ ਕਰ ਰਿਹਾ ਸੀ, ਮੈਂ ਦੇਖਦਾ ਵੀ ਉੱਠ ਕੇ ਕਿਉਂ ਅੱਗੇ ਨੂੰ ਆ ਰਿਹਾ ਵਿੱਚੋਂ, ਅਤੇ ਉਹਨੂੰ ਮੈਂ ਧੱਕਾ ਮਾਰਤਾ, ਸਮਝ ਗਿਆ ਉਹਦੀ ਭਾ। ਸੋ ਇਹ ਹਮਲਾ ਕਰਦੇ ਨੇ, ਇਹਨਾਂ ਨੇ ਸਾਰਾ ਕਿਸਾਨ ਭਵਨ ਤੋੜਿਆ। ਇਹ ਹਮਲਾਵਰ ਨੇ, ਭੀੜ ਤੰਤਰ ਬਣਾਉਂਦੇ ਨੇ, ਲੋਕਾਂ ਨੂੰ ਕੁੱਟ ਕੇ ਮਾਰਦੇ ਨੇ, ਕਤਲ ਕਰਦੇ ਨੇ, ਲੋਕਾਂ ਨੂੰ ਡਿਵਾਈਡ। ਕੱਲ੍ਹ ਵਾਲਾ ਜਿਹੜਾ ਇੰਸੀਡੈਂਸ ਆ ਗਾਜ਼ੀਪੁਰ ਦਾ, ਇਹ BJP ਦਾ ਟੋਟਲੀ ਪਲੈਨਡ ਹੈ ਕਿ ਕਿਸਾਨਾਂ ਨੂੰ ਖਦੇੜਾਂਗੇ, ਪਰ ਇਹ ਭੁਲੇਖੇ 'ਚ ਨੇ, ਇਹਨਾਂ ਨੂੰ ਦਹੀਂ ਦੇ ਭਲਾਣੇ ਕਪਾਹ ਨਹੀਂ ਖਾ ਜਾਣੀ ਚਾਹੀਦੀ। ਜੀ 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 ਡਾਕਟਰ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਮੁਬਾਰਕਬਾਦ ਦਿੰਦਾ। ਤੁਹਾਡੇ ਪਿੱਛੇ ਸ਼ਹੀਦ ਊਧਮ ਸਿੰਘ ਜੀ ਦੀ ਪਿਕਚਰ ਲੱਗੀ ਹੋਈ ਹੈ, ਉਹਨਾਂ ਦੀ ਕੁਰਬਾਨੀ ਨੂੰ ਸ਼ਤ ਸ਼ਤ ਪ੍ਰਣਾਮ। ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਪਿੱਛੇ ਲੱਗੀ ਹੋਈ ਹੈ। ਅਤੇ ਮੇਰੇ ਕੋਲ ਕੁਐਸਚਨ ਬਹੁਤ ਸੀ, ਇੱਕ ਦੋ ਤਾਂ ਵੈਸਟ ਬੰਗਾਲ 'ਤੇ ਸੀ, ਦੂਸਰਾ ਜਿਹੜਾ ICMR ਨੇ ਉਹ ਕਿਹਾ ਕਿ ਥਰਡ ਵੇਵ ਇੰਨੀ ਡੇਂਜਰਸ ਨਹੀਂ ਹੋਊਗੀ, ਉਹ ਉਹਦੇ ਉੱਤੇ ਆਪਾਂ ਅਲੈਬਰੇਟ ਕਰਨਾ ਸੀ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਇੱਕ ਦੋ ਵੀਕਾਂ 'ਤੇ ਫਿਰ ਸੈਸ਼ਨ ਲਾਉਂਦੇ ਹਾਂ। ਤੁਹਾਨੂੰ ਕਾਲਰ ਬਹੁਤ ਚਾਹੁੰਦੇ ਨੇ ਇੱਥੇ, ਅਤੇ ਤੁਸੀਂ ਅੱਜ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ, ਆਪਣਾ ਪੂਰਾ ਖਿਆਲ ਰੱਖਣਾ। ਸ਼ੁਕਰੀਆ ਜੀ।
ਦਰਸ਼ਕੋ ਇਹ ਸਨ ਡਾਕਟਰ ਪਿਆਰੇ ਲਾਲ ਜੀ ਗਰਗ, ਬਹੁਤ ਸੋਹਣਾ ਲੈਬਰੇਸ਼ਨ ਕੀਤਾ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਕੱਲ੍ਹ ਨੂੰ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ। ਆਪਣਾ ਪੂਰਾ ਖਿਆਲ ਰੱਖਣਾ, ਮੈਨੂੰ ਗੁਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।